ਇਹੀ ਜਾਣਨ ਦਾ ਯਤਨ ਜਤਿੰਦਰ ਪੰਨੂ ਸਾਹਿਬ ਹੋਰਾਂ ਦੀ ਸੰਗਤ ਦੇ ਵਿਚ ਆਪਾਂ ਕਰਦੇ ਹਾਂ। ਤੇ ਸਾਡੇ ਨਾਲ ਅੱਜ ਇਕ ਐਸੀ ਹੋਰ ਧਿਰ ਬਣ ਕੇ ਜੁੜੇ ਨੇ ਸੱਜਣ, ਉਨ੍ਹਾਂ ਦੇ ਵੱਲੋਂ ਅੱਜ ਤੋਂ ਹੀ ਐਡਵਰਟਾਈਜ਼ਮੈਂਟ ਹੈ, ਅਸੀਂ ਸ਼ੁਰੂ ਆਪਣੇ ਤੌਰ ਤੇ ਕਰ ਰਹੇ ਹਾਂ, ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਅਗਲੇ ਹਫ਼ਤੇ ਤੋਂ ਅਸੀਂ ਸ਼ੁਰੂ ਕਰਾਂਗੇ। ਸੋ ਆਪਣੇ ਸਪਾਂਸਰ ਸੱਜਣ ਨੇ D9 ਡਿਜ਼ਾਈਨ ਫਰਨੀਚਰ, ਫਲੈਟ ਨੰਬਰ ਇਹ ਸ਼ਾਪ ਨੰਬਰ 3-5 ਕਨੈਕਟ ਰੋਡ, ਤਰੁੰਗਿਆਨਾ, ਕਾਰਨਰ ਆਫ ਦਾ ਪਾਲਮਰ, ਇਹ ਹੈ ਜੀ ਆਸਟ੍ਰੇਲੀਆ ਦੇ ਵਿੱਚ। ਇਹਨਾਂ ਦੇ ਕੋਲ ਬੈਡਿੰਗ, ਲਿਵਿੰਗ, ਡਾਇਨਿੰਗ, ਫਾਰਮਲ ਸਿਟਿੰਗ, ਆਊਟਡੋਰ ਬਾਰਸ, ਪੂਲ ਟੇਬਲ, ਟੀਵੀ ਜੁੰਟ, ਵੁਡਨ ਕੱਪਬੋਰਡ, ਡੈਕੋਰੇਟ ਤੇ ਕੁਛ ਹੋਰ ਵੀ ਸਪੈਸ਼ਲ ਤਰ੍ਹਾਂ ਦੇ ਆਰਡਰ ਦੇ ਉੱਤੇ ਜੇ ਤੁਸੀਂ ਮੇਜ਼ਰਮੈਂਟ ਕਰਾ ਕੇ ਕੁਛ ਬਣਾਉਣਾ ਉਹ, ਤੇ ਨਾਲ ਹੀ ਮੇਡ ਆਫ ਚਾਈਨਾ ਤੇ ਇੰਡੀਆ ਸਮੇਤ ਬਾਲੀ ਦਾ ਜਿਹੜਾ ਸਾਜੋ ਸਮਾਨ ਖਾਸ ਕਰਕੇ ਫਰਨੀਚਰ ਉਹ ਮਿਲਦਾ। ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸੰਪਰਕ ਵੀ ਦੱਸਾਂਗੇ ਤੇ 2 ਤਰੀਕ ਤੋਂ ਇਹ ਲੋਕੇਸ਼ਨ ਹੈ ਜਿਹੜੀ ਆਸਟ੍ਰੇਲੀਆ ਦੇ ਵਿੱਚ ਖੁੱਲ ਰਹੀ ਹੈ। ਅਸੀਂ ਅੱਜ ਸਾਡੇ ਇਹ ਸਪਾਂਸਰ ਸੱਜਣ ਜਿਹੜੇ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜੇ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਿ ਆਸਟ੍ਰੇਲੀਆ ਵਾਲੇ ਪਾਸੇ ਬੇਸ਼ੱਕ ਬਹੁਤ ਸਾਰਾ ਕਾਰੋਬਾਰ ਸਾਡੇ ਪੰਜਾਬੀਆਂ ਦਾ ਹੈ, ਪਰ ਰੇਡੀਓ ਦੇ ਜ਼ਰੀਏ ਸਾਡੇ ਨਾਲ ਸਾਂਝ ਪਾਉਣ ਦੇ ਵਾਸਤੇ ਬਾਈ ਹੈਪੀ ਬਰਾੜ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਤੇ ਅਗਲੀ ਗੱਲ ਜਿਹੜੀ ਹੈ, ਅੱਜ ਸ਼ੁੱਕਰਵਾਰ ਦਾ ਦਿਨ ਹੈ ਔਰ ਸ਼ਿਕਾਗੋ ਤੋਂ ਤੁਸੀਂ ਸਾਡੀ ਗੱਲਬਾਤ ਨੂੰ ਸੁਣਦੇ ਹੋ ਬਾਇਆ ਸ਼ਿਕਾਗੋ, ਔਰ ਅੰਡਿਆਨਾ ਤੋਂ ਸਾਡੇ ਸਪਾਂਸਰ ਸੱਜਣ ਨੇ ਬਾਈ ਸੁਖਮਿੰਦਰ ਸਿੰਘ ਸੁੱਖਾ ਸੰਧੂ ਸਾਹਿਬ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਗੱਲਬਾਤ ਤੁਹਾਡੇ ਤੱਕ ਪਹੁੰਚਦੀ ਹੈ। ਤੇ ਗੱਲਬਾਤ ਦੇ ਵਿੱਚ ਸਹਿਯੋਗੀ ਨੇ ਜਾਂ ਪੰਨੂ ਸਾਹਿਬ ਦੀ ਸਹਿਯੋਗੀ ਨੀ, ਵੱਡੀ ਕਿਰਪਾ ਹੀ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਨਾਲ ਜੁੜਦੇ ਨੇ, ਉਹ ਇਸ ਵਕਤ ਆਪਣੇ ਨਾਲ ਸ਼ਾਮਲ ਹੈ ਜੀ। ਪੰਨੂ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਸੁਖਨੈਬ ਜੀ, ਸਤਿ ਸ੍ਰੀ ਅਕਾਲ। ਮਿਹਰਬਾਨੀ ਪੰਨੂ ਸਾਹਿਬ ਜੁੜਨ ਵਾਸਤੇ। ਤੇ ਮੈਂ ਅਮਰੀਕਾ ਦੀ ਗੱਲ ਕਰਦਾ ਸੀ ਤੇ ਥੋੜਾ ਜਿਹਾ ਵਾਈਟ ਹਾਊਸ ਵੱਲ ਜਦੋਂ ਨਜ਼ਰ ਮਾਰਦੇ ਹਾਂ ਤਾਂ ਡੋਨਾਲਡ ਟਰੰਪ ਹੋਰਾਂ ਦਾ ਰੱਖਿਆ ਮੰਤਰੀ ਹੈ ਜਿਹੜਾ ਜੀ, ਉਹ ਕਹਿੰਦੇ ਪਾਸੇ ਜੇ ਹੋ ਗਿਆ। ਡੋਨਾਲਡ ਟਰੰਪ ਕਿੰਨਾ ਲਾਰੀਆਂ ਚ ਲਫ਼ਜ਼ ਵਰਤਦੇ ਨੇ, ਉਖੜ ਬੜਾ ਜੀ। ਉਖੜ ਬੜਾ ਸੁਭਾਅ ਉਹਦਾ ਹੁੰਦਾ ਜਿਹਦਾ ਪਤਾ ਨੀ, ਨਾ ਤੁਰਦਿਆਂ ਜਾਂਦਿਆਂ ਨੂੰ ਕਿਸੇ ਨੂੰ ਮੋਢਾ ਮਾਰ ਕੇ ਆਖੇ ਤੂੰ ਵੱਡਾ ਚੌਧਰੀ ਮੇਰੇ ਨਾਲ ਤੁਰਿਆ ਜਾਣਾ ਹੋਏ, ਤੈਨੂੰ ਪਤਾ ਨੀ ਮੈਂ ਕੌਣ ਹੈ। ਇਹਦਾ ਸੁਭਾਅ ਇੱਦਾਂ ਦਾ ਉਖੜ ਬੜਾ, ਪਤਾ ਹੀ ਨੀ ਕਦੋਂ ਕਿਹਦੇ ਨਾਲ ਇਹਨੇ 57 ਦਾ ਮੁਕਦਮਾ ਕਰ ਪੈਣਾ ਜੀ। ਆਉਂਦੇ ਸਾਰ ਹੀ ਇਹਨੇ ਪਹਿਲਾਂ ਜਿਹੜੀ FBI ਹੈ ਜਾਂਚ ਏਜੰਸੀ ਉਹਦੇ ਮੁਖੀ ਨੂੰ ਪਹਿਲਾਂ ਉਹਦੀਆਂ ਸਿਫਤਾਂ ਕੀਤੀਆਂ ਜੀ, ਥੋੜੇ ਦਿਨਾਂ ਬਾਅਦ ਉਹਨੂੰ ਕੱਢਤਾ। ਫਿਰ ਇੱਕ ਹੋਰ ਵਿਦੇਸ਼ ਮੰਤਰੀ ਟਿਲਰਸਨ ਨੂੰ ਜਦੋਂ ਕੱਢਿਆ ਉਸ ਵਕਤ ਇਹਦੇ ਕਹਿਣ ਤੇ ਉਹ ਉੱਤਰੀ ਕੋਰੀਆ ਚ ਗੱਲਬਾਤ ਕਰਨ ਗਿਆ ਸੀ ਜੀ। ਉਹ ਉੱਥੇ ਅਜੇ ਗੱਲਬਾਤ ਕਰਦਾ ਪਿਆ ਤੇ ਇਹਨੇ ਬਿਆਨ ਦੇ ਦਿੱਤਾ ਮੇਰਾ ਵਿਦੇਸ਼ ਮੰਤਰੀ ਵੀ ਬੇਵਕੂਫ ਹੈ, ਐਵੇਂ ਉੱਤਰੀ ਕੋਰੀਆ ਦੇ ਉੱਤੇ ਸਮਾਂ ਖਰਾਬ ਕਰਨ ਡਿਆ, ਉਹਦੀ ਕੀ ਲੋੜ ਹੈ। ਉਹ ਉੱਥੇ ਸਮਝੌਤਾ ਵੀ ਕਰ ਆਇਆ ਤੇ ਮਨ ਵੀ ਬਣਾ ਕੇ ਆਇਆ ਕਿ ਵਾਪਸ ਜਾ ਕੇ ਅਸਤੀਫਾ ਦੇ ਦੇਣਾ। ਉਹਨੇ ਅਸਤੀਫਾ ਦਿੱਤਾ, ਇਹਨੇ ਆਖਿਆ ਲਿਆ ਤੇਰੀ ਥਾਂ ਤੇ ਨਵਾਂ ਲਾਉਂਦੇ। ਇਹਨੇ ਫਿਰ ਉਹ ਮਾਈਕ ਜਿਹੜਾ ਪੋਂਪੀਓ ਆ ਉਹਨੂੰ ਲਾ ਦਿੱਤਾ। ਹੁਣ ਇਸੇ ਤਰ੍ਹਾਂ ਰੱਖਿਆ ਮੰਤਰੀ ਛੱਡ ਗਿਆ, ਹੁਣ ਤੱਕ 12-13 ਵੱਡੇ ਵੱਡੇ ਅਹੁਦੇਦਾਰ ਜਿਹੜੇ ਉਹ ਛੱਡ ਚੁੱਕੇ, 3 ਜਾਂ 4 ਤਾਂ ਮੰਤਰੀ ਛੱਡ ਗਿਆ। ਅਜੇ 2 ਸਾਲ ਦੇ ਪੂਰੇ ਨਹੀਂ ਹੋਏ, ਉਹ ਜਾ ਕੇ 20 ਜਨਵਰੀ ਨੂੰ ਪੂਰੇ ਹੋਣੇ ਆ, ਅੱਜ 21 ਦਸੰਬਰ ਆ, 2 ਸਾਲਾਂ ਚੋਂ 1 ਮਹੀਨਾ ਘੱਟ ਆ ਜੀ। ਅਜੇ ਇਹਦੇ 23 ਮਹੀਨੇ ਹੋਏ, 24 ਪੂਰੇ ਨਹੀਂ ਹੋਏ, ਤੇ ਜਿੰਨੇ ਮਹੀਨੇ ਹੋਏ ਉਦੋਂ ਜ਼ਿਆਦਾ ਬੰਦੇ ਨੇ ਉੱਥੇ ਕੱਢਤੇ ਆ। ਇਹ ਹੁਣ ਜਿਸ ਤਰ੍ਹਾਂ ਦਾ ਸੁਭਾਅ ਦਾ ਬਣ ਗਿਆ, ਆ ਗਿਆ ਆ ਜਾ ਪਰ ਤਿਆਰ ਰਹਿ, ਬਿਸਤਰਾ ਤਿਆਰ ਰੱਖ, ਪਤਾ ਨੀ ਕਦੋਂ ਮੈਂ ਤੈਨੂੰ ਕੱਢਦੇ ਆ। ਸਾਰੇ ਇਸ ਗੱਲ ਤੋਂ ਡਰਦੇ ਕਿ ਇਹਦਾ ਪਤਾ ਨੀ ਘੜੀ ਨੂੰ ਕੀ ਕਰੂਗਾ। ਮਾਮਲਾ ਇਸ ਵੇਲੇ ਸੀਗਾ ਇਰਾਕ, ਸੀਰੀਆ, ਅਫਗਾਨਿਸਤਾਨ, ਜਿੱਥੇ ਜਿੱਥੇ ਅਮਰੀਕਾ ਦੀ ਫੌਜ ਖਿਲਰੀ ਉਹਨੂੰ ਵਾਪਸ ਲੈਣ ਦਾ ਜੀ। ਇਹ ਪਹਿਲਾਂ ਆਪ ਕਹਿੰਦਾ ਰਿਹਾ ਕਿ ਫੌਜ ਵਾਪਸ ਲਵਾਂਗੇ, ਫਿਰ ਕਹਿਣ ਲੱਗ ਪਿਆ ਕਿ ਫੌਜ ਨਮੋਸ਼ੀ ਲੈ ਕੇ ਨੀ ਆਵੇਗੀ, ਫੌਜ ਜਿੱਤ ਕੇ ਮੁੜੇਗੀ, ਤੇ ਜੇ ਜਿੱਤ ਨਹੀਂ ਹੁੰਦੀ ਤੇ ਉਹਨਾਂ ਚਿਰ ਤੱਕ ਉੱਥੇ ਛਾਉਣੀ ਪਾ ਕੇ ਬੈਠੀ ਰਹੇਗੀ ਜੀ। ਫਿਰ ਇਹਨੇ ਕਹਿਣਾ ਸ਼ੁਰੂ ਕਰਤਾ ਹੁਣ ਸਮਾਂ ਆ ਗਿਆ ਕਿ ਫੌਜਾਂ ਵਾਪਸ ਸੱਦੀਆਂ ਜਾਣ। ਇਹਦਾ ਆਪਣਾ ਹੀ ਪਤਾ ਨੀ ਕਿ ਘੜੀ ਨੂੰ ਕੀ ਕਰੇਗਾ, ਇਹਦੇ ਬੱਚਿਆਂ ਦਾ ਵੀ ਇਹਦੇ ਵਿਚ ਦਖਲ ਸੁਖਨੈਬ ਜੀ ਬਹੁਤ ਹੈ ਜੀ। ਇੱਕ ਵਾਰੀ ਇਹਨੇ ਸੀਰੀਆ ਚ ਹਵਾਈ ਜਹਾਜ਼ ਭੇਜ ਕੇ ਤੇ ਹਮਲਾ ਕਰਵਾ ਦਿੱਤਾ ਤੇ ਬਹੁਤ ਵੱਡਾ ਉੱਥੇ ਨੁਕਸਾਨ ਹੋ ਗਿਆ, ਕੁਝ ਬੇਗਨਾਮੀ ਲੋਕ ਮਾਰੇ ਗਏ, ਤੇ ਬਾਅਦ ਵਿਚ ਪਤਾ ਲੱਗਾ ਕਿ ਬ੍ਰੇਕਫਾਸਟ ਕਰਦਿਆਂ ਇਹਦੀ ਕੁੜੀ ਨੇ ਆਖਿਆ ਸੀ ਕਿ ਡੈਡ ਉਹ ਸੀਰੀਆ ਚ ਕੀ ਹੋਣ ਡਿਆ, ਤੁਸੀਂ ਉੱਥੇ ਕੋਈ ਏਅਰ ਰੇਡ ਨੀ ਕਰਾ ਸਕਦੇ, ਤਿੰਨੇ ਆਖਿਆ ਕਰਾ ਦਿੰਦੇ ਆ। ਤੇ ਬ੍ਰੇਕਫਾਸਟ ਟੇਬਲ ਤੋਂ ਕੁੜੀ ਨਾਲ ਗੱਲਾਂ ਕਰਦਿਆਂ ਕਰਦਿਆਂ ਫੋਨ ਕਰਕੇ ਇਹਨੇ ਕਹਿਤਾ ਸੀ ਕਰ ਦਿਓ। ਇਹਦਾ ਮਤਲਬ ਇਹ ਜਵਾਕਾਂ ਵਾਲੀ ਖੇਡਿਆ ਕਿ ਜਵਾਕ ਆ ਕੇ ਪਾਪਾ ਉਹ ਜਾਂਦੀ ਬੱਸ ਵਾਲੇ ਰੋਕ ਕੇ ਡਰਾਈਵਰ ਨੂੰ ਕਹੋ ਹਾਰਨ ਵਜਾ ਕੇ ਪੂੰ ਪੂ ਕਰਕੇ ਵਿਖਾਵੇ,
ਤੇ ਬਾਪ ਉਹਨੂੰ ਜਾ ਕੇ ਡਰਾਈਵਰ ਨੂੰ ਕਹਿਣ ਲੱਗ ਪਿਆ ਯਾਰ ਜਵਾਕ ਰੋਂਦਾ ਤੇ ਪੂੰ ਪੂੰ ਕਰਦੇ ਖੁਸ਼ ਕਰ ਦੇ। ਇਹ ਜਿਸ ਤਰ੍ਹਾਂ ਦਾ ਬੰਦਾ ਇਹਦਾ ਕੋਈ ਪਤਾ ਹੀ ਨਹੀਂ ਕਿ ਅਗਲਿਆਂ ਦਿਨਾਂ ਵਿਚ ਆਪਣੀ ਨੀਤੀ ਇਹ ਕਿਸ ਤਰ੍ਹਾਂ ਦੀ ਚਲਾਵੇਗਾ। ਇੱਕ ਦਿਨ ਚੀਨ ਦੀਆਂ ਸਿਫਤਾਂ ਕਰਦਾ, ਦੂਸਰੇ ਦਿਨ ਉੱਤੇ ਪਾਬੰਦੀਆਂ ਲਾਉਂਦਾ, ਇੱਕ ਦਿਨ ਭਾਰਤ ਦੇ ਖਿਲਾਫ਼ ਬੋਲਦਾ, ਦੂਸਰੇ ਦਿਨ ਕਹਿੰਦਾ ਕਿ ਨਰਿੰਦਰ ਮੋਦੀ ਮੇਰਾ ਮਿੱਤਰ ਹੈ। ਬੜੀ ਕਮਾਲ ਦੀ ਇਹਦੀ ਮਿੱਤਰਤਾ, ਪਤਾ ਨੀ ਕਿਹੜੇ ਮਿੱਤਰਤਾ ਤੇ ਇਹਦੀ ਪਹਿਲਾਂ ਵੀ ਉਹ ਕੀ ਜਿਹੜੇ ਉਹ ਪੋਰਨ ਸਟਾਰ ਸੀਗੇ ਡੈਨੀਅਲ ਸਟਾਰਮੀ, ਸਟਾਰਮੀ ਡੈਨੀਅਲ ਉਹਦੇ ਨਾਲ ਵੀ ਰਹੀ ਆ ਮਿੱਤਰਤਾ, ਕੀ ਪਤਾ ਕਿਹਦੇ ਕਿਹਦੇ ਨਾਲ ਰਹੀ ਆ। ਇਹੋ ਜਿਹੇ ਬੰਦੇ ਦਾ ਕੋਈ ਯਕੀਨ ਨੀ ਹੁੰਦਾ ਕਿ ਖੜੀ ਨੂੰ ਕੀ ਕਰੂਗਾ ਜੀ। ਪਨੂ ਸਾਹਿਬ ਥੋੜਾ ਜਿਹਾ ਅੱਗੇ ਅਸੀਂ ਜੇ ਭਾਰਤ ਦੇ ਵਿਚ ਆਉਣੇ ਆ ਸਿੱਧਾ ਹੀ ਉਥੋਂ ਤੇ ਫੇਰ ਮਹਾਰਾਸ਼ਟਰ ਦੀ ਗੱਲ ਕਰੀਏ, ਬੋਮਬੇ ਤੇ ਬੋਮਬੇ ਦੇ ਵਿਚ ਜਨਾਹ ਹਾਊਸ, ਉਹਦਾ ਕਾਫੀ ਰੌਲਾ ਰੱਪਾ ਜਾ ਫੇਰ ਹੈ ਜੀ। ਜਿਹੜਾ ਜਨਾਹ ਹਾਊਸ ਹੈ, ਬਹੁਤੇ ਲੋਕਾਂ ਨੂੰ ਇਹ ਨੀ ਪਤਾ ਕਿ ਇਹ ਜਨਾਹ ਦੀ ਕੋਈ ਜੱਦੀ ਪ੍ਰਾਪਰਟੀ ਨਹੀਂ ਸੀ। ਉਹਨੇ 1936 ਚ ਬਣਾਇਆ ਸੀ। ਉਹਦੇ ਕੁਝ ਜ਼ਿਆਦਾ ਪੈਰੋਕਾਰ ਇਹ ਕਹਿੰਦੇ ਆ ਕਿ ਜਨਾਹ ਤਾਂ ਜਵਾਨੀ ਵੇਲੇ ਜਦੋਂ ਬ੍ਰਿਟੇਨ ਚ ਪੜਦਾ ਸੀ ਤੇ ਉਥੋਂ ਉਹਨੇ ਵੇਖੀ ਡੈਮੋਕ੍ਰੇਸੀ ਕੀ ਹੁੰਦੀ ਆ ਤੇ ਉਹਨੇ ਉਦੋਂ ਹੀ ਪਾਕਿਸਤਾਨ ਦਾ ਸੁਪਨਾ ਲੈ ਲਿਆ ਸੀ। ਇਹ ਸਾਰੀਆਂ ਫਜ਼ੂਲ ਗੱਲਾਂ। ਜੇ ਉਹਨੇ ਉਦੋਂ ਪਾਕਿਸਤਾਨ ਦਾ ਸੁਪਨਾ ਲੈ ਲਿਆ ਹੁੰਦਾ ਤੇ ਜਨਾਹ ਹਾਊਸ ਆ ਕੇ ਉਹਨੇ ਬੰਬੇ ਚ ਨਹੀਂ ਸੀ ਬਣਾਉਣਾ, ਫਿਰ ਉਹਨੇ ਕਰਾਚੀ ਚ ਬਣਾਉਣਾ ਸੀ ਜਾਂ ਰਾਵਲ ਪਿੰਡੀ ਚ ਬਣਾਉਣਾ ਸੀ। ਉਹਨੇ 1936 ਚ ਇੱਥੇ ਬਣਾਇਆ ਤੇ ਬਣਾਇਆ ਸਰ ਯੂਰਪੀਨ ਕਿਸਮ ਦਾ, ਉਸੇ ਕਿਸਮ ਦੀ ਸ਼ੈਲੀ ਦਾ ਬਣਾਇਆ, ਸਮੁੰਦਰ ਕੰਢੇ ਬਣਾਇਆ। ਫਿਰ ਪਾਕਿਸਤਾਨ ਬਣਨ ਦੀ ਗੱਲ ਚੱਲ ਪਈ, ਪਾਕਿਸਤਾਨ ਮਿਲ ਗਿਆ, ਇਹ ਪਾਕਿਸਤਾਨ ਚਲਾ ਗਿਆ ਰਾਸ਼ਟਰਪਤੀ ਬਣ ਕੇ, ਜਨਾਹ ਹਾਊਸ ਇੱਥੇ ਰਹਿ ਗਿਆ। ਇਹਦੀ ਇੱਕੋ ਇੱਕ ਧੀ ਸੀ ਦੀਨਾ, ਉਹ ਵੀ ਇੱਥੇ ਇੱਕ ਪਾਰਸੀ ਮੁੰਡੇ ਨਾਲ ਵਿਆਹ ਕਰਾ ਕੇ ਰਿਹਾ ਸੀ। ਬਹੁਤੇ ਮੁਸਲਮਾਨਾਂ ਨੂੰ ਇਹ ਨਹੀਂ ਪਤਾ ਕਿ ਉਹ ਪਾਕਿਸਤਾਨ ਦੇ ਵਿੱਚ ਜਿਹਨੂੰ ਕੈਦੇ ਆਜ਼ਮ ਕਹਿੰਦੇ ਆ ਤੇ ਆਪਣਾ ਬਹੁਤ ਵੱਡਾ ਸਿਧਾਂਤਕਾਰ ਕਹਿੰਦੇ ਆ, ਉਹਨੇ ਮੁਸਲਮਾਨ ਕੁੜੀ ਨਾਲ ਵਿਆਹ ਨਹੀਂ ਸੀ ਕਰਾਇਆ, ਇੱਕ ਪਾਰਸੀ ਕੁੜੀ ਨਾਲ ਕਰਾਇਆ ਸੀ। ਤੇ ਜਦੋਂ ਉਹਦੀ ਕੁੜੀ ਜਿਹੜੀ ਸੀ ਉਹ ਵੱਡੀ ਹੋਈ, ਘਰ ਵਾਲੀ ਤਾਂ ਜਨਾਹ ਦੀ ਛੇਤੀ ਮਰ ਗਈ ਸੀ ਕੁੜੀ ਛੱਡ ਕੇ ਸਾਲਕ ਦੀ, ਜਦੋਂ ਉਹਦੀ ਕੁੜੀ ਵੱਡੀ ਹੋਈ ਤੇ ਉਹਨੇ ਇੱਕ ਪਾਰਸੀ ਮੁੰਡਾ ਪਸੰਦ ਕਰ ਲਿਆ ਤੇ ਇਹਨੇ ਬੈਠ ਕੇ ਉਹਨੂੰ ਆਖਿਆ ਕਿ ਤੂੰ ਕਰੋੜਾਂ ਮੁਸਲਮਾਨ ਮੁੰਡੇ ਆ ਕਿਸੇ ਵੱਲ ਹੱਥ ਕਰ, ਜਿਹਦੇ ਵੱਲ ਹੱਥ ਕਰੇਗੀ ਉਹ ਤੇਰੇ ਨਾਲ ਵਿਆਹ ਕਰਾਊਗਾ ਕਿਉਂਕਿ ਤੂੰ ਮੁਹੰਮਦ ਅਲੀ ਦੀ ਬੇਟੀ ਆ। ਉਹਨੇ ਅੱਗੋਂ ਆਖਿਆ ਕਿ ਕਰੋੜਾਂ ਮੁਸਲਮਾਨ ਕੁੜੀਆਂ ਸੀ ਜਿਨ੍ਹਾਂ ਨੂੰ ਛੱਡ ਕੇ ਤੇ ਤੂੰ ਗੈਰ ਮੁਸਲਮ ਨਾਲ ਵਿਆਹ ਕੀਤਾ, ਤੂੰ ਕਿਉਂ ਕੀਤਾ ਸੀ? ਇਹਦੇ ਤੇ ਮਤਭੇਦ ਹੋ ਗਏ, ਉਹਨੇ ਪਾਰਸੀ ਮੁੰਡੇ ਨਾਲ ਵਿਆਹ ਕਰਵਾ ਲਿਆ ਤੇ ਉਹਦੇ ਤੋਂ ਬਾਅਦ ਇਹਨਾਂ ਦੇ ਇੰਨੇ ਮਤਭੇਦ ਵੱਧ ਗਏ ਕਿ ਇਹਨੇ ਆਪਣੀ ਕੁੜੀ ਨੂੰ ਉਦੋਂ ਬਾਅਦ ਕਦੇ ਉਹਦਾ ਨਾਂ ਲੈ ਕੇ ਦੀਨਾ ਸੀ ਕੁੜੀ ਦਾ ਨਾਂ, ਇਹਨੇ ਦੀਨਾ ਨੀ ਕਿਹਾ, ਉਹਨੂੰ ਹਮੇਸ਼ਾ ਮਿਸਿਜ ਵਾਡੀਆ ਕਹਿੰਦਾ ਹੁੰਦਾ ਸੀ। ਅੜਾ ਨੁਸਰੀ ਵਾਡੀਆ ਬਾਂਬੇ ਡੈਂਗ ਵਾਲਾ, ਇਹ ਉਹਦਾ ਮੁੰਡਾ ਜੀ ਜੀ। ਇਹਦੇ ਤੋਂ ਬਾਅਦ ਜਿਹੜਾ ਇੱਥੇ ਹੈਦਰਾਬਾਦ ਉਹਨੇ ਜਨਾਹ ਹਾਊਸ ਬਣਾਇਆ ਸੀ, ਜਦੋਂ ਪਾਕਿਸਤਾਨ ਬਣਿਆ ਤੇ ਮੁਹੰਮਦ ਅਲੀ ਜਨਾਹ ਉਧਰ ਚਲਾ ਗਿਆ ਤੇ ਜਨਾਹ ਹਾਊਸ ਇੱਥੇ ਰਹਿ ਗਿਆ। ਫਿਰ ਉਹਨੇ ਇੱਕ ਚਿੱਠੀ ਲਿਖੀ ਜਵਾਹਰ ਲਾਲ ਨਹਿਰੂ ਨੂੰ ਕਿ ਮੇਰਾ ਉੱਥੇ ਘਰ ਰਹਿ ਗਿਆ ਤੇ ਮੈਂ ਚਾਹੁੰਦਾ ਕਿ ਮੇਰਾ ਘਰ ਕਿਸੇ ਨੂੰ ਯੂਰਪੀਨ ਨੂੰ ਕਿਰਾਏ ਤੇ ਦਿੱਤਾ ਜਾਵੇ, ਸਾਡੇ ਜਿਹੜੇ ਇੱਥੋਂ ਵਾਲੇ ਲੋਕ ਆ ਇਹਨਾਂ ਨੂੰ ਕਿਸੇ ਨੂੰ ਇਹ ਘਰ ਸੰਭਾਲਣਾ ਨਹੀਂ ਆਉਣਾ ਜੀ, ਤੇ ਤੁਸੀਂ ਉਹਨੂੰ ਦੇ ਦਿਓ। ਨਹਿਰੂ ਨੇ ਤਜਵੀਜ਼ ਰੱਖੀ ਆਪਣੀ ਕੈਬਨਿਟ ਦੇ ਵਿੱਚ ਕਿ ਜਨਾਹ ਦਾ ਘਰ ਹੈ, ਉਹਨੂੰ ਇਹਦਾ ਕਿਰਾਇਆ ਦੇਣਾ ਸ਼ੁਰੂ ਕਰ ਦਈਏ ਤੇ ਅਸੀਂ ਅੱਗੇ ਰੈਂਟ ਤੇ ਦੇ ਦਈਏ। ਸਾਡੀ ਕੈਬਨਿਟ ਨੇ ਆਖਿਆ ਕਿ ਇਹ ਨਹੀਂ ਹੋ ਸਕਦਾ, ਉਹਨੇ ਚਲੋ ਜਨਾਹ ਮਰ ਗਿਆ, ਸਾਡੇ ਮੰਤਰੀ ਮੰਡਲ ਨੇ ਆਖਿਆ ਕਿ ਇਹ ਨਹੀਂ ਹੋ ਸਕਦਾ। ਜੇ ਤੇ ਉਹ ਸੁਖੀ ਸਨ ਦੀ ਦੋ ਦੇਸ਼ਾਂ ਦਾ ਬਟਵਾਰਾ ਕਰਾ ਕੇ ਦੋ ਦੇਸ਼ਾਂ ਦੀ ਵੰਡ ਕਰਾ ਕੇ ਗਿਆ ਹੁੰਦਾ ਤੇ ਹੋਰ ਗੱਲ ਸੀ, ਹੁਣ ਦੁਸ਼ਮਣੀ ਵਾਲੇ ਹਾਲਾਤ ਨੇ ਇਹ ਐਨੀਮੀ ਪ੍ਰਾਪਰਟੀ ਬਣ ਜਾਂਦਾ, ਇਹਨੂੰ ਅਸੀਂ ਇਸ ਤਰ੍ਹਾਂ ਉਹਦੀ ਮਾਲਕੀ ਨਹੀਂ ਮੰਨ ਸਕਦੇ। ਦੋ ਤਿੰਨ ਵਾਰ ਨਹਿਰੂ ਨੇ ਟਰਾਈ ਕੀਤੀ ਵੀ ਇਹਦੇ ਨਾਲ ਸੰਬੰਧ ਠੀਕ ਰਹਿਣਗੇ, ਪਰ ਉਹ ਗੱਲ ਨਹੀਂ ਮੰਨੀ ਗਈ। ਅਖੀਰ ਉਹ ਮਸਲਾ ਲਟਕਦਾ ਰਿਹਾ, ਥੋੜੇ ਚਿਰ ਵਾਸਤੇ ਬ੍ਰਿਟੇਨ ਵਾਲਿਆਂ ਦੇ ਕੌਂਸਲੇਟ ਨੂੰ ਦੇ ਦਿੱਤਾ, ਬ੍ਰਿਟੇਨ ਵਾਲਿਆਂ ਨੇ ਵੀ ਬਾਅਦ ਛੱਡਤਾ। ਫਿਰ ਪਾਕਿਸਤਾਨ ਨੇ ਮੰਗ ਰੱਖੀ ਕਿ ਸਾਡਾ ਹਾਈ ਕਮਿਸ਼ਨ ਤਾਂ ਦਿੱਲੀ ਵਿਚ ਹੈ, ਇੱਕ ਅਸੀਂ ਜਿਹੜਾ ਕੌਂਸਲੇਟ ਬਣਾਉਣਾ ਉੱਥੇ ਵਪਾਰ ਵਾਸਤੇ ਬੰਬੇ ਚ, ਉਹਦੇ ਲਈ ਸਾਨੂੰ ਬਿਲਡਿੰਗ ਚਾਹੀਦੀ ਹੈ ਤੇ ਤੁਸੀਂ ਇਹ ਬਿਲਡਿੰਗ ਸਾਨੂੰ ਕਿਰਾਏ ਤੇ ਦੇ ਦਿਓ। ਤੇ ਭਾਰਤ ਸਰਕਾਰ ਨੇ ਪੂਰੀ ਵਿਚਾਰ ਤੋਂ ਬਾਅਦ ਆਖਿਆ ਜੀ ਇਹ ਬਿਲਡਿੰਗ ਤੁਹਾਨੂੰ ਨਹੀਂ ਮਿਲ ਸਕਦੀ, ਅਸੀਂ ਇਸ ਜਨਾਹ ਹਾਊਸ ਨੂੰ ਭਾਰਤ ਵਿਰੋਧੀ ਐਕਟੀਵਿਟੀਜ਼ ਦਾ ਅੱਡਾ ਨਹੀਂ ਬਣਾ ਸਕਦੇ। ਇਹਨਾਂ ਨੇ ਨਹੀਂ ਸੀ ਦਿੱਤਾ ਤੇ ਨਹੀਂ ਗਿਆ ਉਧਰ, ਹੁਣ ਤੱਕ ਉਹ ਭਾਰਤ ਦੇ ਕਬਜ਼ੇ ਸੀ। ਹੁਣ ਭਾਰਤ ਸਰਕਾਰ ਨੇ ਫੈਸਲਾ ਕੀਤਾ
ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਇੰਡੀਆ ਗੇਟ ਦੇ ਬਿਲਕੁਲ ਲਾਗੇ ਬਹੁਤ ਵੱਡਾ ਇੱਕ ਪੈਲਸ ਆ, ਉਹਦਾ ਨਾਂ ਹੈਦਰਾਬਾਦ ਹਾਊਸ ਹੈ। ਉਹਨੂੰ ਵਿਦੇਸ਼ ਤੋਂ ਆਏ ਪ੍ਰਧਾਨ ਮੰਤਰੀਆਂ ਤੇ ਰਾਸ਼ਟਰਪਤੀਆਂ ਦੇ ਸਵਾਗਤ ਲਈ, ਉਹਨਾਂ ਦੇ ਖਾਣੇ ਦਾਵਤਾਂ ਤੇ ਮੀਟਿੰਗਾਂ ਲਈ ਵਰਤਿਆ ਜਾਂਦਾ। ਉਸੇ ਤਰ੍ਹਾਂ ਦਾ ਓਡਾ ਹੀ ਵੱਡਾ ਇਹ ਹੈ ਤੇ ਇਹਨੂੰ ਉੱਥੇ ਬਾਂਬੇ ਦੇ ਵਿੱਚ ਸਰਕਾਰ ਦੇ ਕਬਜ਼ੇ ਚ ਲੈ ਕੇ ਇਹੋ ਜਿਹੇ ਕੰਮਾਂ ਵਾਸਤੇ ਵਰਤਿਆ ਜਾਵੇ ਜਿਸ ਤਰ੍ਹਾਂ ਦਿੱਲੀ ਚ ਹੈਦਰਾਬਾਦ ਹਾਊਸ ਨੂੰ ਵਰਤਿਆ ਜਾਂਦਾ। ਇਹ ਫੈਸਲਾ ਸਰਕਾਰ ਨੇ ਉਦੋਂ ਕੀਤਾ ਜਦੋਂ ਪਾਕਿਸਤਾਨ ਸਰਕਾਰ ਨੇ ਮੰਗ ਦੁਹਰਾਈ ਹੈ ਕਿ ਸਾਡਾ ਤੇ ਸਾਨੂੰ ਦੇ ਦਿਓ। ਇਹਦੇ ਦੌਰਾਨ ਸੁਖਨੈਬ ਜੀ ਇੱਕ ਗੱਲ ਹੋ ਰਹੀ ਹੈ ਕਿ ਜਿਹੜੀ ਜਨਾਹ ਦੀ ਕੁੜੀ ਸੀ ਦੀਨਾ ਵਾਡੀਆ, ਉਹਨੇ ਇੱਕ ਕੇਸ ਕੀਤਾ ਸੀ ਅਦਾਲਤ ਵਿਚ ਕਿ ਮੇਰੇ ਪਿਓ ਦੀ ਪ੍ਰਾਪਰਟੀ ਹੈ, ਪਿਓ ਪਾਕਿਸਤਾਨ ਚਲਾ ਗਿਆ ਸੀ ਪਰ ਉਹ ਬਾਅਦ ਚ ਮਰ ਗਿਆ, ਜੇ ਉਹ ਜਿੰਦਾ ਹੁੰਦਾ ਪ੍ਰਾਪਰਟੀ ਦਾ ਫੈਸਲਾ ਉਹ ਕਰਦਾ ਤੇ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਕਰਦੀ, ਉਹ ਹੁਣ ਮਰ ਚੁੱਕਾ ਤੇ ਹਿੰਦੂ ਵਿਰਾਸਤ ਕਾਨੂੰਨ ਦੇ ਮੁਤਾਬਕ ਉਹ ਪ੍ਰਾਪਰਟੀ ਮੈਨੂੰ ਮਿਲਣੀ ਚਾਹੀਦੀ ਹੈ। ਇਹਦੇ ਤੇ ਇਤਰਾਜ ਹੋਇਆ ਕਿ ਹਿੰਦੂ ਵਿਰਾਸਤ ਕਾਨੂੰਨ ਇੱਥੇ ਕਿਉਂ ਆ ਗਿਆ, ਤੂੰ ਤੇ ਹਿੰਦੂ ਹੈਗੀ ਨੀ। ਉਹ ਕਹਿੰਦੀ ਜੀ ਮੇਰਾ ਬਾਪ ਜਿਹੜਾ ਜਨਾਹ ਸੀ ਉਹ ਨਾ ਸੁੰਨੀ ਮੁਸਲਮਾਨ ਸੀ ਨਾ ਉਹ ਸ਼ੀਆ ਮੁਸਲਮਾਨ ਸੀ, ਉਹ ਖੋਜਾ ਸ਼ੀਆ ਸੀ ਤੇ ਜਿਹੜੇ ਖੋਜਾ ਸ਼ੀਆ ਇਹਨਾਂ ਦੇ ਉੱਤੇ ਹਿੰਦੂ ਟਰੈਡੀਸ਼ਨ ਜਿਹੜੀ ਆ ਉਹ ਲੈਗਸੀ ਵਿੱਚ ਵਿਰਾਸਤ ਦੇ ਵਿੱਚ ਮੰਨੀ ਜਾਂਦੀ ਹੈ ਕਿ ਵਾਰਸ ਕਿਹੜਾ ਹੋਵੇ। ਖੋਜਾ ਸ਼ੀਆ ਪਰਿਵਾਰ ਸਾਰੇ ਦੇ ਸਾਰੇ ਅਜੇ ਤੱਕ ਹਿੰਦੂ ਵਿਰਾਸਤ ਦੇ ਮੁਤਾਬਕ ਫੈਸਲਾ ਕਰਦੇ ਆ ਤੇ ਮੈਂ ਕਿਉਂਕਿ ਖੋਜਾ ਸ਼ੀਆ ਮੁਸਲਮਾਨ ਜਿਹੜਾ ਸੀ ਮੁਹੰਮਦ ਅਲੀ ਜਨਾਹ ਉਹਦੀ ਬੇਟੀ ਆ, ਇਸ ਕਰਕੇ ਇਹ ਜਨਾਹ ਹਾਊਸ ਮੈਨੂੰ ਮਿਲਣਾ ਚਾਹੀਦਾ। ਅਦਾਲਤ ਵਿਚ ਕਈ ਸਾਲਾਂ ਤੱਕ ਬੜੀ ਲੰਬੀ ਚੌੜੀ ਸੁਣਵਾਈ ਹੋਈ ਸੀ ਪਰ ਉਹਦੀ ਇਹ ਗੱਲ ਮੰਨੀ ਨਹੀਂ ਸੀ ਗਈ, ਉਹਨੇ ਸਰਕਾਰ ਤੱਕ ਵੀ ਪਹੁੰਚ ਕੀਤੀ ਸੀ। ਵਾਜਪਾਈ ਸਰਕਾਰ ਵੇਲੇ ਜਦੋਂ ਜਨਰਲ ਮੁਸ਼ਰਫ ਇੱਥੇ ਆਇਆ ਸੀ ਤੇ ਉਹਨੂੰ ਆਗਰੇ ਲੈ ਕੇ ਗਿਆ, ਦੋਵਾਂ ਪ੍ਰਧਾਨ ਮੰਤਰੀ ਸਾਡੇ ਪ੍ਰਧਾਨ ਮੰਤਰੀ ਦੀ ਤੇ ਉਹਨਾਂ ਦੇ ਫੌਜੀ ਰਾਸ਼ਟਰਪਤੀ ਦੀ ਮੀਟਿੰਗ ਹੋਈ, ਉਦੋਂ ਜਨਾਹ ਨੇ ਵੀ ਇਹ ਮੰਗ ਰੱਖੀ ਸੀ ਕਿ ਹੈਦਰਾਬਾਦ ਫਿਰ ਹੈਦਰਾਬਾਦ ਮੂੰਹ ਨਿਕਲਦਾ ਜਿਹੜਾ ਜਨਾਹ ਹਾਊਸ ਹੈ ਸਾਨੂੰ ਦੇ ਦਿੱਤਾ ਜਾਵੇ ਜਾਂ ਸਾਡਾ ਉੱਥੇ ਕੌਂਸਲੇਟ ਅਸੀਂ ਖੋਲ ਲਈਏ, ਪਰ ਵਾਜਪਾਈ ਨੇ ਕਿਹਾ ਸੀ ਹੋਰ ਕੋਈ ਗੱਲ ਕਰੋ, ਇਹਦੇ ਬਾਰੇ ਅਸੀਂ ਗੱਲ ਨਹੀਂ ਕਰ ਸਕਦੇ, ਇਹ ਤੁਹਾਡਾ ਨਹੀਂ ਭਾਰਤ ਸਰਕਾਰ ਦੀ ਪ੍ਰਾਪਰਟੀ, ਇਹਦੇ ਬਾਰੇ ਫੈਸਲਾ ਭਾਰਤ ਸਰਕਾਰ ਕਰੇਗੀ। ਜੀ ਪੰਨ ਸਾਹਿਬ, ਨਾਲ ਅਸੀਂ ਜੇ ਅੱਜ ਇੱਕੋ ਖਬਰ ਨੂੰ ਦੇਖਦੇ ਹਾਂ ਪਾਕਿਸਤਾਨ ਤੋਂ ਆਈ ਹੈ, ਉਹਦੇ ਵਿੱਚ ਨਾਲ ਲਾਂਘਾ ਕਰਤਾਰਪੁਰ ਦੀ ਵੀ ਗੱਲ ਹੈ ਕਿਉਂਕਿ ਭਾਰਤ ਸਰਕਾਰ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਅਸੀਂ ਜ਼ਮੀਨ ਦੇਣ ਨੂੰ ਤਿਆਰ ਹਾਂ ਔਰ ਪਾਕਿਸਤਾਨ ਸਾਨੂੰ ਕਰਤਾਰਪੁਰ ਵਾਲੀ ਜ਼ਮੀਨ ਹੈ ਜਿਹੜੀ ਉਹ ਦੇ ਦੇਵੇ, ਬਦਲੇ ਦੇ ਵਿੱਚ ਉਹ ਗੁਰੂ ਘਰ ਹੈ ਜਿਹੜਾ ਉਸਦਾ ਕਬਜ਼ਾ ਭਾਰਤ ਦੇ ਨਾਲ ਸਾਂਝਾ ਕਰ ਲਵੇ, ਤਬਾਦਲਾ ਕਰ ਲਵੇ, ਸਾਂਝਾ ਨਹੀਂ ਖੈਰ, ਤੇ ਉਹਨਾਂ ਨੇ ਜਵਾਬ ਦਿੱਤਾ ਜੀ ਦੇਖੋ ਇਹ ਗੱਲ ਜਦੋਂ ਤੋਂ ਦੇਸ਼ ਦੋ ਵੱਖੋ ਵੱਖ ਬਣੇ ਆ ਉਦੋਂ ਤੋਂ ਚੱਲਦੀ ਰਹੀ। ਕਦੇ ਸਿੱਖ ਆਗੂਆਂ ਨੇ ਮੱਠੀ ਜੀ ਸੁਰ ਚ ਮੰਗ ਕੀਤੀ ਕਿ ਸਾਨੂੰ ਲਾਂਘਾ ਮਿਲਣਾ ਚਾਹੀਦਾ ਤੇ ਕਦੇ ਮੱਠੀ ਜੀ ਸੁਰ ਚ ਮੰਗ ਕੀਤੀ ਕਿ ਜ਼ਮੀਨਾਂ ਦਾ ਤਬਾਦਲਾ ਕਰਵਾ ਕੇ ਤੇ ਉਹ ਇਲਾਕਾ ਭਾਰਤ ਲੈ ਲਵੇ ਤੇ ਉਹਦੇ ਬਦਲੇ ਪਾਕਿਸਤਾਨ ਨੂੰ ਹੋਰ ਇਲਾਕਾ ਦੇ ਦਿੱਤਾ ਜਾਵੇ, ਇਹ ਵੀ ਗੱਲ ਚੱਲਦੀ ਰਹੀ। ਫਿਰ ਇੱਕ ਅੱਧੀ ਵਾਰ ਪੰਜਾਬ ਸਰਕਾਰ ਵੱਲੋਂ ਵੀ ਕੋਸ਼ਿਸ਼ ਹੋਈ, ਕੇਂਦਰ ਸਰਕਾਰ ਵੱਲੋਂ ਵੀ ਹੋਈ ਤੇ ਕਦੇ ਮੰਨੀ ਨਹੀਂ ਗਈ। ਇੰਨੇ ਚਿਰਾਂ ਤੋਂ ਲਾਂਘੇ ਦੀ ਮੰਗ ਸੀ, ਪਾਕਿਸਤਾਨ ਨੇ ਮੰਨੀ ਨਹੀਂ। ਹੁਣ ਅਚਾਨਕ ਪਤਾ ਨਹੀਂ ਪਾਕਿਸਤਾਨ ਨੂੰ ਸਿੱਖਾਂ ਦਾ ਮੋਹ ਕਿੱਥੋਂ ਜਾਗਿਆ ਤੇ ਭਾਰਤ ਨਾਲ ਸੰਬੰਧ ਸੁਧਾਰਨ ਦੀ ਗੱਲ ਕਦੋਂ ਆ ਗਈ। ਉਹਨਾਂ ਨੇ ਕਹਿਤਾ ਅਸੀਂ ਲਾਂਘਾ ਦਿਆਂਗੇ, ਇਹਨਾਂ ਨੇ ਆਖਿਆ ਅਸੀਂ ਲਾਂਘਾ ਲੈ ਲਾਂਗੇ, ਵੈਲਕਮ ਲਿਆਓ ਦੇ ਦਿਓ। ਉਸ ਲਾਂਘੇ ਤੋਂ ਬਾਅਦ ਦੇ ਹਾਲਾਤ ਵਿਚ ਕਈ ਗੱਲਾਂ ਇਹੋ ਜਿਹੀਆਂ ਹੋਈਆਂ ਜਿਨ੍ਹਾਂ ਤੋਂ ਭਾਰਤ ਸਰਕਾਰ ਦੇ ਤੇ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਨ ਚ ਕੌੜ ਆ ਤੇ ਕਾਫੀ ਜ਼ਿਆਦਾ ਕੌੜ ਆ। ਇਹਦੇ ਦੌਰਾਨ ਹੀ ਇੱਕ ਗੱਲ ਇਹ ਚੱਲ ਪਈ ਕਿ ਲਾਂਘੇ ਜੋ ਬਣਾਉਂਦੇ ਪਏ ਤੇ ਗੇਟ ਜੋ ਉਸਾਰਦੇ ਪਏ ਆ, ਕਿਉਂ ਨਾ ਇਸ ਜ਼ਮੀਨ ਦਾ ਤਬਾਦਲਾ ਕਰ ਲਿਆ ਜਾਵੇ ਤੇ ਇੰਨੀ ਜ਼ਮੀਨ ਉਹਨਾਂ ਨੂੰ ਛੱਡਤੀ ਜਾਵੇ। ਉਹਦੇ ਚ ਮੈਂ ਦੋ ਗੱਲਾਂ ਦੱਸਣਾ ਚਾਹੁੰਦਾ ਕਿ ਜ਼ਮੀਨਾਂ ਦੇ ਤਬਾਦਲੇ ਅੱਗੇ ਵੀ ਹੋਏ ਆ। ਇਹ ਫੈਸਲਾ ਹੋ ਗਿਆ ਸੀ ਕਿ ਲਾਹੌਰ ਜ਼ਿਲ੍ਹਾ ਸਾਰਾ ਪਾਕਿਸਤਾਨ ਚ ਜਾਵੇਗਾ ਤੇ ਅੰਮ੍ਰਿਤਸਰ ਇੱਧਰ ਰਹੇਗਾ, ਪਰ ਲਾਹੌਰ ਜ਼ਿਲ੍ਹੇ ਦੇ ਅੱਗੋਂ ਕਸੂਰ ਤਹਿਸੀਲ ਹੁੰਦੀ ਸੀ, ਕਸੂਰ ਤਹਿਸੀਲ ਦੇ ਵਿਚੋਂ ਪੱਟੀ ਸਬ ਤਹਿਸੀਲ ਹੁੰਦੀ ਸੀ ਜਿਹ ਚ ਪੱਟੀ ਵਟੋਆ ਖੇਮਕਰਨ ਭਿੱਖੀ ਵਿੰਡ ਕਾਲੜਾ ਆਉਂਦੇ ਆ। ਇੱਥੇ ਸਿੱਖ ਆਬਾਦੀ ਵਾਹਵਾ ਸੀ ਤੇ ਮੰਗ ਕੀਤੀ ਗਈ ਕਿ ਇਹ ਤਹਿਸੀਲ ਜਿਹੜੀ ਸਬ ਤਹਿਸੀਲ ਆ ਇਹਦਾ ਇਲਾਕਾ ਸਾਨੂੰ ਦੇ ਦਿੱਤਾ ਜਾਵੇ। ਪਾਕਿਸਤਾਨ ਨੇ ਆਖਿਆ ਜੇ ਇਲਾਕਾ ਲੈਣਾ ਤੇ ਇਹਦੇ ਬਦਲੇ ਸਾਨੂੰ ਹੋਰ ਦਿਓ। ਗੁਰਦਾਸਪੁਰ ਜ਼ਿਲ੍ਹੇ ਦੀ ਇੱਕ ਸ਼ਕਰਗੜ੍ਹ ਤਹਿਸੀਲ ਹੁੰਦੀ ਸੀ ਜਿੱਥੇ ਦੀਨਾਨਗਰ ਥਾਣਾ ਜਿੱਥੇ ਪਿਛਲੇ ਸਾਲ ਦੋ ਤਿੰਨ ਸਾਲ ਪਹਿਲਾਂ ਹਮਲਾ ਹੋਇਆ ਸੀ, ਉਸ ਦੀਨਾਨਗਰ ਥਾਣੇ ਤੋਂ ਲਹਿੰਦੇ ਵੱਲ ਨੂੰ ਵੇਖੋ ਤੇ ਦਰਿਆ ਟੱਪ ਕੇ 18 ਕਿਲੋਮੀਟਰ ਦੂਰ ਜਿਹੜਾ ਸ਼ਹਿਰ ਹੈ ਉਹਦਾ ਨਾਂ ਸ਼ਕਰਗੜ੍ਹ ਹੈ। ਉਹ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਹੁੰਦਾ ਸੀ, ਭਾਰਤ ਵਿਚ ਆਉਣਾ ਸੀ, ਪਰ ਪੱਟੀ ਤਹਿਸੀਲ ਲੈਣ ਵਾਸਤੇ ਭਾਰਤ ਸਰਕਾਰ ਨੇ ਇਹ ਮੰਨਿਆ ਕਿ ਪੱਟੀ ਸਾਨੂੰ ਦੇ ਦਿਓ
ਤੇ ਇਹਦੇ ਬਦਲੇ ਸ਼ਕਰਗੜ ਅਸੀਂ ਪਾਕਿਸਤਾਨ ਨੂੰ ਦੇ ਦਿੰਦੇ। ਇਸੇ ਤਰ੍ਹਾਂ ਹੀ ਹੁਸੈਨੀ ਵਾਲੇ ਜਾਈਏ ਤੇ ਦਰਿਆ ਟੱਪ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਸਮਾਧਾਂ ਆਉਂਦੀਆਂ। ਤਿੰਨੇ ਸ਼ਹੀਦ ਜਿਹੜੇ ਆ ਸਾਡੇ, ਇਹਨਾਂ ਦੀਆਂ ਸਮਾਧਾਂ ਪਾਕਿਸਤਾਨ ਵਿਚ ਜਾਂਦੀਆਂ ਸਨ। ਇਹਦੇ ਬਾਰੇ ਵੀ ਤਬਾਦਲਾ ਕੀਤਾ ਗਿਆ, ਸਮਾਧਾਂ ਸਾਨੂੰ ਮਿਲੀਆਂ ਤੇ ਇਹਦੇ ਬਦਲੇ ਅਸੀਂ ਪਾਕਿਸਤਾਨ ਨੂੰ ਕੋਈ ਦਿੱਤਾ। ਹੁਣ ਜੇ ਕਰਤਾਰਪੁਰ ਸਾਹਿਬ ਦਾ ਇਲਾਕਾ ਅਸੀਂ ਲੈਣਾ ਹੋਵੇ, ਇਹਦੇ ਬਦਲੇ ਜ਼ਮੀਨ ਦੇਣੀ ਪਵੇਗੀ। ਜਦੋਂ ਅਸੀਂ ਮਾਧੋਪੁਰ ਹੈੱਡਵਰਕਸ ਤੋਂ ਦਰਿਆ ਦੇ ਲਹਿੰਦੇ ਪਾਸੇ ਨੂੰ ਤੁਰਦੇ ਆ ਤੇ ਤੁਰਦਿਆਂ ਤੁਰਦਿਆਂ ਦੀਨਾ ਨਗਰ ਦੇ ਕੋਲੋਂ ਹੁੰਦੇ ਹੁੰਦੇ, ਫਿਰ ਅਸੀਂ ਜਾਂਦੇ ਆ ਡੇਰਾ ਬਾਬਾ ਨਾਨਕ, ਤੇ ਡੇਰਾ ਬਾਬਾ ਨਾਨਕ ਤੋਂ ਅੱਗੇ ਅਸੀਂ ਰਮਦਾਸ ਦੇ ਕੋਲ ਦੀ ਲੰਘ ਕੇ ਅਜਨਾਲੇ ਤੱਕ ਚਲ ਜਾਂਦੇ ਆ। ਇਹ ਸਾਰੇ ਇਲਾਕੇ ਚੋਂ ਦਰਿਆ ਕਦੇ ਸਾਡੀ ਹੱਦ ਚ ਆਉਂਦਾ ਤੇ ਕਦੇ ਪਾਕਿਸਤਾਨ ਵਿਚ ਵੜਦਾ। ਜਦੋਂ ਇਹ ਸਾਡੀ ਹੱਦ ਚ ਆਉਂਦਾ ਉਦੋਂ ਦਰਿਆ ਟੱਪ ਕੇ ਦਰਿਆ ਤੋਂ ਪਾਰ ਸਾਡੀ ਜ਼ਮੀਨ ਹੈਗੀ ਆ ਤੇ ਸਾਡੇ ਲੋਕ ਉੱਥੇ ਖੇਤੀ ਕਰਨ ਜਾਣ ਲੱਗਿਆਂ ਡਰਦੇ ਆ ਕਿ ਜੇ ਗੜਬੜ ਹੋ ਗਈ ਤੇ ਅਗਲੇ ਪਾਸੇ ਬਾਰਡਰ ਆ, ਪਿੱਛੇ ਦਰਿਆ ਤੇ ਅਸੀਂ ਡੁੱਬਾਂਗੇ ਇਹਦੇ ਚ। ਹੁਣ ਉਹ ਜਿਹੜੀਆਂ ਜ਼ਮੀਨਾਂ ਦਰਿਆ ਤੋਂ ਪਾਰ ਨੇ, ਦਰਿਆ ਨੂੰ ਹੱਦ ਮੰਨ ਲਿਆ ਜਾਵੇ, ਜਿਹੜੀਆਂ ਪਾਰਲੀਆਂ ਜ਼ਮੀਨਾਂ ਅਸੀਂ ਪਾਕਿਸਤਾਨ ਨੂੰ ਦੇ ਦਈਏ, ਰੱਖ ਲਓ ਤੁਸੀਂ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਉਹ ਆਪਣੇ ਪਾਸੇ ਰੱਖੀ। ਫਿਰ ਅਸੀਂ ਇੰਨਾ ਇਲਾਕਾ ਗਿਣ ਕੇ ਉੱਥੇ ਉਹਨੂੰ ਦੇ ਸਕਦੇ ਹਾਂ, ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ। ਪਰ ਜਦੋਂ ਇਹ ਮੰਗ ਰੱਖੀ ਗਈ ਹੈ ਪਾਕਿਸਤਾਨ ਦੇ ਅੱਗੇ ਤੇ ਪਾਕਿਸਤਾਨ ਇਹਦੇ ਉੱਤੇ ਇਨਕਾਰ ਕਰ ਦਿੱਤਾ, ਉਹਨਾਂ ਨੇ ਸਿਰ ਫੇਰਤਾ, ਉਹ ਕਹਿੰਦੇ ਅਸੀਂ ਇਹ ਮੰਨਣੀ ਨਹੀਂ, ਤੇ ਮੰਨਣਗੇ ਵੀ ਕਿੱਦਾਂ? ਉਹਨਾਂ ਦੀ ਨੀਤੀ ਇੱਕ ਹੋਰ ਆ ਕਿ ਕਰਤਾਰਪੁਰ ਦੇ ਵਿੱਚੋਂ ਲਾਂਘਾ ਦੇਣ ਦੇ ਨਾਲ ਨਾਲ ਇੱਕ ਨਵਾਂ ਯਤਨ ਕਰਨਾ ਕਿ ਅੱਗੇ ਦੁਨੀਆਂ ਭਰ ਦੇ ਸਿੱਖ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਜਾਂਦੇ ਆ, ਹੁਣ ਦੁਨੀਆਂ ਭਰ ਦੇ ਸਿੱਖਾਂ ਦਾ ਆਉਣ ਜਾਣ ਦਾ ਕੇਂਦਰ ਅਸਟੈਬਲਿਸ਼ ਕੀਤਾ ਜਾਵੇ ਕਰਤਾਰਪੁਰ। ਇਹ ਕਿਉਂਕਿ ਬਾਰਡਰ ਦੇ ਕੰਢੇ ਤੇ ਆ, ਇੱਥੇ ਇਸ ਕਿਸਮ ਦੀ ਸ਼ਰਾਰਤਬਾਜ਼ੀ ਵੀ ਕਰਨੀ ਸੌਖੀ ਹੋਊਗੀ। ਉਹਦੇ ਵਾਸਤੇ ਉਹ ਜਿੱਦਾਂ ਦੀਆਂ ਉਹਨਾਂ ਨੇ ਹੁਣੇ ਤੋਂ ਚਾਲਾਂ ਜਿਹੀਆਂ ਚੱਲਣੀਆਂ ਸ਼ੁਰੂ ਕਰਤੀਆਂ, ਮੈਂ ਕੈਪਟਨ ਅਮਰਿੰਦਰ ਸਿੰਘ ਦੀਆਂ ਗੱਲਾਂ ਨਾਲ ਤੇ ਸਹਿਮਤ ਨਹੀਂ, ਪਰ ਕੁਝ ਗੱਲਾਂ ਹੁੰਦੀਆਂ ਅਸੀਂ ਪੱਤਰਕਾਰ ਲੋਕ ਵੇਖਦੇ ਹਾਂ, ਉਹ ਚੰਗੀਆਂ ਨਹੀਂ ਹੋ ਰਹੀਆਂ। ਉਹਦੇ ਤੋਂ ਵੇਖ ਕੇ ਲੱਗਦਾ ਕਿ ਪਾਕਿਸਤਾਨ ਸਰਕਾਰ ਨੇ ਜੇ ਲਾਂਘੇ ਤੋਂ ਵੀ ਨਾ ਕਰਨੀ ਸੀ ਤੇ ਉਹ ਨਹੀਂ ਸੀ ਕਰਨੀ, ਉਹਦੇ ਬਜਾਏ ਉਹਨਾਂ ਨੇ ਇੱਕ ਲਾਂਘਾ ਦੇਣ ਦੀ ਗੱਲ ਕਰਕੇ ਤੇ ਨਵੀਂ ਚਾਲ ਚੱਲੀ ਹੈ, ਤੇ ਇਸੇ ਕਰਕੇ ਉਹਨਾਂ ਜ਼ਮੀਨ ਦੇ ਤਬਾਦਲੇ ਦੀ ਗੱਲ ਨਹੀਂ ਮੰਨੀ, ਕਿਉਂਕਿ ਜਾਣਦੇ ਆ ਕਿ ਤਬਾਦਲਾ ਕਰ ਦਿੱਤਾ ਗਿਆ ਤੇ ਜੋ ਸਾਡੀ ਸੋਚ ਹੈ ਉਹ ਲਾਗੂ ਨਹੀਂ ਹੋ ਸਕਣੀ। ਜੀ ਪੰਚ ਸਾਹਿਬ, ਅਗਲੀ ਗੱਲ ਅਸੀਂ ਕਰੀਏ ਜੀ, ਬੰਬੇ ਹਾਊਸ ਦੀ ਗੱਲ ਅਸੀਂ ਕਰ ਲਈ ਹੈ ਤਾਂ ਫਿਰ ਬੰਬੇ ਦੇ ਨੇੜਿਓਂ ਨਸ਼ੀਰੂਦੀਨ ਸ਼ਾਹ ਦਾ ਜ਼ਿਕਰ ਆ ਜਾਂਦਾ ਹੈ, ਉਹਨਾਂ ਦਾ ਇੱਕ ਬਿਆਨ ਹੈ, ਉਹ ਬੜੀ ਚਰਚਾ ਦੇ ਵਿੱਚ ਅੱਜ ਕੱਲ, ਬੜਾ ਕਨਫਿਊਜ਼ ਬਿਆਨ ਹੈ। ਇਹ ਅੱਗੇ ਕਲਾਕਾਰਾਂ ਨੇ ਕੀਤਾ ਕੀ? ਸਲਮਾਨ ਖਾਨ ਇੱਕ ਬਿਆਨ ਦੇ ਬੈਠਾ, ਫਿਰ ਉਹਨੇ ਜਾਪਿਆ ਮੈਂ ਫਸ ਜਾਣਾ, ਤੇ ਉਚੇਚਾ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਗਿਆ, ਗਾਂਧੀ ਨਗਰ, ਤੇ ਉੱਥੇ ਜਾ ਕੇ ਬਸੰਤ ਮੇਲੇ ਤੇ ਨਰਿੰਦਰ ਮੋਦੀ ਨਾਲ ਛੱਤ ਤੇ ਚੜ ਕੇ ਗੁੱਡੀਆਂ ਉਡਾਈਆਂ ਤੇ ਸਾਰੀ ਦਿਹਾੜੀ ਗੁਜ਼ਾਰੀ, ਤਾਂ ਕਿ ਨਰਿੰਦਰ ਮੋਦੀ ਗੁੱਸਾ ਨਾ ਕਰੇ, ਜੇ ਕੱਲ ਨੂੰ ਪ੍ਰਧਾਨ ਮੰਤਰੀ ਬਣ ਗਿਆ ਤੇ ਪਤਾ ਨੀ ਕੀ ਕਰੂ। ਸ਼ਾਹਰੁਖ ਖਾਨ ਨੇ ਇੱਕ ਵਾਰੀ ਬਿਆਨ ਦਿੱਤਾ, ਫਿਰ ਉਸ ਬਿਆਨ ਤੋਂ ਪੈਰ ਪਿੱਛੇ ਖਿੱਚੇ, ਨਹੀਂ ਮੇਰੇ ਬਿਆਨ ਨਾਲ ਜੇ ਕਿਸੇ ਦੀਆਂ ਭਾਵਨਾਵਾਂ ਦੁਖੀ ਹੋਈਆਂ ਹੋਣ। ਆਮਿਰ ਖਾਨ ਨੇ ਇੱਕ ਬਿਆਨ ਦਿੱਤਾ, ਉਹਨੂੰ ਵੀ ਚਿੰਤਾ ਲੱਗ ਗਈ ਕਿਸੇ ਦੀਆਂ ਭਾਵਨਾਵਾਂ ਨਾਲ ਦੁਖੀ ਹੋਈਆਂ ਹੋਣ। ਹੁਣ 4.5 ਸਾਲ ਲੰਘ ਗਏ ਤੇ ਨਸੀਰੂਦੀਨ ਸ਼ਾਹ ਬੋਲ ਪਿਆ। ਨਸੀਰੂਦੀਨ ਸ਼ਾਹ ਹੁਣ ਤੱਕ ਕਿਉਂ ਨਾ ਬੋਲਿਆ? ਇੰਨਾ ਚ ਚੁੱਪ ਕਿਉਂ ਬੈਠਾ ਰਿਹਾ? ਆਖਿਰਕਾਰ ਕੋਈ ਕਾਰਨ ਤਾਂ ਹੋਣਾ ਚਾਹੀਦਾ। ਹੁਣ ਕਹਿਤਾ ਕਿ ਹਿੰਦੁਸਤਾਨ ਦੇ ਵਿਚ ਜਿਹੜੀ ਗਾਂ ਆ ਉਹਦੀ ਇੰਪੋਰਟੈਂਸ ਵੱਧ ਆ, ਉਹਦਾ ਮਹੱਤਵ ਵੱਧ ਆ, ਤੇ ਪੁਲਿਸ ਦਾ ਇੰਸਪੈਕਟਰ ਮਾਰਿਆ ਜਾਵੇ ਤੇ ਉਹ ਕਿਸੇ ਗਿਣਤੀ ਚ ਨਹੀਂ ਹੁੰਦਾ। ਗੱਲ ਤਾਂ ਬਾਕੀ ਲੋਕਾਂ ਨੂੰ ਵੀ ਪਤਾ, ਠੀਕ ਆ, ਅਸੀਂ ਲੋਕ ਵੇਖਦੇ ਹਾਂ ਕੀ ਕੁਛ ਹੁੰਦਾ ਪਿਆ, ਕਿਸੇ ਦੇ ਘਰ ਗਾਂ ਵੱਧੀ ਆ ਉੱਥੇ ਹਮਲਾ ਕਰ ਦਿੰਦੇ ਆ ਕਿ ਇਹਨੇ ਗਾਂ ਵੱਧੀ ਆ ਇਹਨੇ ਮਾਰਨੀ ਹੋਊ, ਕੋਈ ਗਾਂ ਲਈ ਜਾਂਦਾ ਤੇ ਘੇਰ ਕੇ ਉਹਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਕਿ ਗਾਂ ਲਈ ਜਾਂਦਾ ਇਹਨਾਂ ਨੇ ਲੁਕਾ ਕੇ ਕਿਤੇ ਜਾ ਕੇ ਮਾਰਨੀ ਹੋਊ। ਕੱਲ ਤੱਕ ਕਿਸੇ ਦੇ ਘਰ ਗਾਂ ਸੀ, ਅੱਜ ਹੈ ਨੀ ਗੀ। ਇਹ ਨੀ ਪੁੱਛਣਾ ਵੀ ਗਾਂ ਕੀ ਕੀਤਾ, ਉਹ ਭਾਵੇਂ ਵੇਚ ਕੇ ਆਵੇ ਸਵੇਰੇ ਕਿ ਮੈਂ ਆਪਣੇ ਕੋਲ ਨਾ ਰੱਖਾਂ ਇਹਦੇ ਨਾਲ ਖਤਰਾ। ਭੀੜ ਗਲ ਜਾ ਪੈਂਦੀ ਹੈ ਕਿ ਕੱਲ ਇਹਦੇ ਕੋਲ ਗਾਂ ਹੈਗੀ ਸੀ, ਅੱਜ ਹੈ ਨੀ ਗੀ, ਇਹਨੇ ਮਾਰਤੀ ਹੋਊ। ਇਹ ਹੋਊ ਦਾ ਚੱਕਰ ਬੜਾ ਖਤਰਨਾਕ ਹੈ, ਗਾਂ ਹੈਗੀ ਇਹਨੇ ਮਾਰਨੀ ਹੋਊ, ਗਾਂ ਹੈ ਨੀ ਗੀ ਤੇ ਇਹਨੇ ਮਾਰਤੀ ਹੋਊ, ਗਾਂ ਲਈ ਜਾਂਦਾ ਤੇ ਇਹਨੇ ਮਾਰਨੀ ਹੋਊ, ਇਹਦਾ ਚੱਕਰ ਆ। ਇਹਦੇ ਚ ਭਾਰਤ ਦਾ ਸਮਾਜ ਬੜੀ ਬੁਰੀ ਤਰ੍ਹਾਂ ਦਹਿਸ਼ਤ ਵਿਚ ਆ ਕਿ ਪਤਾ ਹੀ ਨੀ ਕਿਹਦੇ ਉੱਤੇ ਕਦੋਂ ਹਮਲਾ ਹੋਏਗਾ।
ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਮੇਕ ਇਨ ਇੰਡੀਆ, ਮੇਕ ਇਨ ਇੰਡੀਆ। ਸਾਰੀ ਦੁਨੀਆਂ ਚੋ ਜੀ ਮੇਕ ਇਨ ਇੰਡੀਆ ਵਾਸਤੇ ਇੱਥੇ ਫਰਮਾਂ ਆਉਣਗੀਆਂ, ਬੜੀ ਇਨਵੈਸਟਮੈਂਟ ਹੋਵੇਗੀ, ਬੜਾ ਕਾਰੋਬਾਰ ਚੱਲੇਗਾ। ਲੋਕੀ ਆਸਾਂ ਰੱਖਦੇ ਸੀ, ਫਿਰ ਇਨਵੈਸਟਮੈਂਟ ਨਹੀਂ ਹੋਈ। ਹੋਈ ਕਿਉਂ ਨਹੀਂ? ਕਾਰਨ ਇਹ ਸੀ ਕਿ ਜਿਨ੍ਹਾਂ ਨੇ ਇਨਵੈਸਟ ਕਰਨਾ ਉਹ ਇੱਥੇ ਆਉਣਗੇ, ਕੱਚਾ ਮਾਲ ਭਾਰਤ ਚੋਂ ਲੈਣਗੇ। ਜਿਹੜਾ ਪੱਕਾ ਮਾਲ ਹੋਵੇਗਾ, ਭਾਰਤ ਦੇ 135 ਕਰੋੜ ਗਾਹਕਾਂ ਵਾਲੀ ਜਿਹੜੀ ਮੰਡੀ ਆ ਉਸ ਮੰਡੀ ਚ ਵੇਚਣਗੇ ਜੀ। ਇੱਥੇ ਪੱਕਾ ਮਾਲ ਵੀ ਵੇਚਣਗੇ, ਕੱਚਾ ਵੀ ਇੱਥੋਂ ਲੈਣਗੇ। ਬਿਜਲੀ ਇੱਥੇ ਸਸਤੀ ਆ ਉਹਨਾਂ ਦੀ ਆਪਣੇ ਦੇਸ਼ਾਂ ਨਾਲੋਂ, ਲੇਬਰ ਇੱਥੇ ਸਸਤੀ ਆ, ਸਾਰਾ ਕੁਝ ਇੱਥੇ ਹੋਵੇਗਾ। ਲੇਬਰ ਇੱਥੋਂ ਦੀ ਸਸਤੀ ਵਰਤ ਕੇ ਜਦੋਂ ਕੰਮ ਕਰਨਾ ਤੇ ਕੰਮ ਕਰਾਉਣ ਵਾਸਤੇ ਜਿਹੜੇ ਇੰਜੀਨੀਅਰ ਚਾਹੀਦੇ ਆ, ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਜਿਹੜੀ ਮੈਨੇਜਮੈਂਟ ਚਾਹੀਦੀ ਆ, ਉਹ ਤੇ ਉਹਨਾਂ ਨੇ ਆਪਣੇ ਦੇਸ਼ਾਂ ਚੋਂ ਬਾਹਰੋਂ ਲਿਆਉਣੀ। ਜਿਹੜੀ ਬਾਹਰੋਂ ਮੈਨੇਜਮੈਂਟ ਲਿਆਉਣੀ ਆ ਉਹਦੀਆਂ ਆਪਣੀਆਂ ਕੁਝ ਈਟਿੰਗ ਹੈਬਿਟਸ ਆ, ਉਹਨਾਂ ਨੇ ਆਪਣੀ ਕਿਸਮ ਦਾ ਖਾਣਾ, ਆਪਣੀ ਕਿਸਮ ਦਾ ਪੀਣਾ ਵੀ ਆ। ਉਹ ਆਪਣੇ ਕੰਪਲੈਕਸ ਵਿਚ ਹੀ ਰਹਿਣ, ਜਦੋਂ ਮਰਜ਼ੀ ਚਾਰ ਬੰਦੇ ਉੱਥੋਂ ਉੱਠ ਕੇ ਭੀੜ ਨੂੰ ਲਿਆਉਣ ਤੇ ਹਮਲਾ ਕਰ ਦੇਣ ਕਿ ਸਾਨੂੰ ਪਤਾ ਲੱਗਾ ਤੁਹਾਡੇ ਘਰ ਕੱਲ ਗਾਂ ਦਾ ਮਾਸ ਬਣਿਆ, ਉੱਥੇ ਕੁੱਕੜ ਦਾ ਵੀ ਬਣਿਆ ਹੋਵੇ, ਤੇ ਭੀੜ ਜਾ ਕੇ ਹਮਲਾ ਕਰ ਦੇਵੇ, ਫਿਰ ਕੀ ਬਣੇਗੀ? ਇਹਦੇ ਉੱਤੇ ਕਈ ਏਜੰਸੀਆਂ ਨੇ, ਵਿਦੇਸ਼ ਵਾਲੀਆਂ ਨੇ, ਕਈ ਕੰਪਨੀਆਂ ਨੇ ਚਿੰਤਾ ਪ੍ਰਗਟ ਕੀਤੀ ਕਿ ਜੇ ਕੱਲ ਨੂੰ ਇਹੋ ਕੁਝ ਹੋਣਾ ਤੇ ਅਸੀਂ ਆਪਣੇ ਬੰਦਿਆਂ ਨੂੰ ਰਿਸਕ ਦੇ ਉੱਤੇ ਕਿਉਂ ਭੇਜੀਏ। ਉਹ ਨਹੀਂ ਆਏ, ਇਹੋ ਹੀ ਚੱਕਰ ਹੋਣਿਆ ਸਾਰਾ ਕੁਝ ਹੁੰਦਾ ਪਿਆ। ਜੋ ਕੁਝ ਇਹਨੇ ਆਖਿਆ ਨਸੀਰੁਦੀਨ ਸ਼ਾਹ ਨੇ ਗਲਤ ਨਹੀਂ ਆਖਿਆ, ਸਾਨੂੰ ਹੈਰਾਨੀ ਇਹ ਆ ਕਿ ਇਹ ਕਿਤੇ ਹੁਣ ਤਾਂ ਨਹੀਂ ਹੋਣ ਲੱਗਾ। 4.5 ਸਾਲ ਹੁੰਦਾ ਰਿਹਾ ਤੇ ਇੰਨੇ ਸਮੇਂ ਚ ਨਸੀਰੁਦੀਨ ਸ਼ਾਹ ਬੋਲਿਆ ਹੀ ਨਹੀਂ। ਹੁਣ ਜਦੋਂ ਉਹਨੇ ਵੇਖਿਆ ਕਿ ਮਹੀਨੇ ਤਾਂ 3 ਰਹਿ ਗਏ, ਚੋਣਾਂ ਹੋਣ ਲੱਗੀਆਂ ਨੇ, ਇਹ ਵੀ ਵੇਖ ਲਿਆ ਕਿ ਇਸ ਮੌਕੇ ਦੇ ਉੱਤੇ ਬੀਜੇਪੀ ਨੂੰ ਕੁਝ ਥਾਵਾਂ ਤੇ ਹਾਰ ਹੋਣ ਲੱਗ ਪਈ ਆ, ਮੱਧ ਪ੍ਰਦੇਸ਼ ਬੀਜੇਪੀ ਨੂੰ ਮਾਰ ਪਈ ਆ, ਉਹਨੂੰ ਵੀ ਪਤਾ ਲੱਗ ਗਿਆ ਕਿ ਛੱਤੀਸਗੜ੍ਹ ਹਾਰ ਗਿਆ ਤੇ ਰਾਜਸਥਾਨ ਹਾਰ ਗਿਆ, ਉਹਨੂੰ ਵੀ ਪਤਾ ਲੱਗ ਗਿਆ ਕਿ ਜਿੱਥੇ ਕਿਤੇ ਕੋਈ ਬਾਈ ਇਲੈਕਸ਼ਨ ਹੁੰਦੀ ਆ ਬੀਜੇਪੀ ਹਾਰ ਜਾਂਦੀ ਆ। ਇਹਨਾਂ ਗੱਲਾਂ ਨੂੰ ਵੇਖ ਕੇ ਥੋੜਾ ਜਿਹਾ ਉਤਸ਼ਾਹ ਵਿਚ ਆ ਕੇ ਨਸੀਰੁਦੀਨ ਸ਼ਾਹ ਨੇ ਹੌਸਲਾ ਕੀਤਾ ਤੇ ਸਰਕਾਰ ਦੀ ਨੁਕਤਾਚੀਨੀ ਕਰਤੀ ਹੈ। ਅੱਗੋਂ ਉਹਦੀ ਨੁਕਤਾਚੀਨੀ ਕਰਨ ਵਾਲੇ ਵੀ ਉੱਠ ਪਿਆ ਕਿ ਨਸੀਰੁਦੀਨ ਸ਼ਾਹ ਕੌਣ ਹੁੰਦਾ ਸਾਡੇ ਦੇਸ਼ ਬਾਰੇ ਇੱਦਾਂ ਦੀਆਂ ਗੱਲਾਂ ਕਰਨ ਵਾਲਾ ਜੀ। ਨਸੀਰੁਦੀਨ ਸ਼ਾਹ ਇੱਕੋ ਵਕਤ ਕਈ ਗੱਲਾਂ ਕਰਦਾ, ਨਾਲੇ ਤਾਂ ਉਹ ਇਹ ਕਹਿੰਦਾ ਕਿ ਇਹ ਜ਼ਹਿਰ ਇੰਨਾ ਹਿੰਦੁਸਤਾਨ ਚ ਫੈਲ ਗਿਆ ਕਿ ਹੁਣ ਵਾਪਸ ਨਹੀਂ ਹੋ ਸਕਦਾ, ਨਾਲ ਇਹ ਕਹੀ ਜਾਂਦਾ ਕਿ ਮੇਰਾ ਇੱਥੇ ਘਰ ਆ, ਮੈਨੂੰ ਮੇਰੇ ਘਰ ਚੋਂ ਥੋੜਾ ਕੋਈ ਕੱਢ ਸਕਦਾ, ਤੇ ਫਿਰ ਤੈਨੂੰ ਡਰ ਕਿਹੜੀ ਗੱਲ ਸਰ ਜੇ ਤੈਨੂੰ ਘਰ ਚੋਂ ਕੋਈ ਨਹੀਂ ਕੱਢ ਸਕਦਾ, ਜਿਹੜਾ ਤੂੰ ਕਹਿੰਦਾ ਜ਼ਹਿਰ ਫੈਲ ਗਿਆ ਵਾਪਸ ਨਹੀਂ ਆ ਸਕਦਾ, ਤੇ ਫਿਰ ਤੂੰ ਡਰਦਾ ਕਿਉਂ ਆ? ਇਹ ਕੋਈ ਕਹਿੰਦਾ ਮੈਨੂੰ ਆਪਣੇ ਬੱਚਿਆਂ ਵਾਸਤੇ ਖਤਰਾ, ਉਹਦੀ ਕਿਸੇ ਗੱਲ ਦੀ ਕਿਸੇ ਸਮਝ ਹੀ ਨਹੀਂ ਲੱਗੀ। ਮੈਨੂੰ ਇਹ ਲੱਗਦਾ ਕਿ ਜਿੱਦਾਂ ਨੇ ਤੇ ਹੋਰਨਾਂ ਨੇ ਪਹਿਲਾਂ ਗੋਲਾ ਦਾਗਤਾ ਤੇ ਫਿਰ ਇਹ ਕਹਿਤਾ ਸੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ ਤੇ ਮੈਂ ਮਾਫ਼ੀ ਮੰਗਦਾ, ਇਹ ਕਿਸੇ ਦਿਨ, ਇੱਕ ਦਿਨ, ਦੋ ਦਿਨ, ਚਾਰ ਦਿਨ ਬਾਅਦ ਹੋ ਸਕਦਾ ਕਿ ਨਸੀਰੁਦੀਨ ਵੀ ਆਖੇ ਕਿ ਮੈਂ ਇੱਕ ਬਿਆਨ ਦਿੱਤਾ ਸੀ ਜਿਹਨੂੰ ਗਲਤ ਸਮਝ ਲਿਆ ਗਿਆ, ਮੈਂ ਇਹ ਗੱਲ ਕਹਿਣੀ ਨਹੀਂ ਚਾਹੁੰਦਾ, ਮੈਂ ਹੋਰ ਕੁਛ ਕਹਿਣੀ ਚਾਹੁੰਦਾ ਸੀ। ਕਲਾਕਾਰਾਂ ਦੇ ਏਦਾਂ ਡਾਇਲਾਗ ਬਦਲਣ ਦੀ ਵੀ ਸਮਝ ਨਹੀਂ ਆਉਂਦੀ, ਇਹ ਕੁਛ ਵੀ ਕਰ ਸਕਦੇ ਆ ਜੀ। ਪੰਨੂ ਸਾਹਿਬ, ਬੀਜੇਪੀ ਵਾਲੇ ਵੀ ਕਰ ਤਾਂ ਕੁਛ ਵੀ ਸਕਦੇ ਆ, ਉਹਨਾਂ ਨੂੰ ਹੁਣ ਰੱਥ ਯਾਤਰਾ ਦੀ ਆਗਿਆ ਮਿਲ ਗਈ ਹੈ ਜੀ। ਬੀਜੇਪੀ ਦੀ ਰੱਥ ਯਾਤਰਾ ਜਦੋਂ ਤੇ ਜਿੱਦ ਦੀ ਲੰਘੀ ਆ, ਇਹਦੇ ਨਾਲ ਫਿਰਕਾਪ੍ਰਸਤੀ ਵੱਧਦੀ ਹੁੰਦੀ ਆ, ਧਾਰਮਿਕ ਪੱਖ ਤੋਂ ਪਬਲਿਕ ਨੂੰ ਇੰਨਾ ਜ਼ਿਆਦਾ ਭੜਕਾ ਦਿੰਦੇ ਆ ਕਿ ਮੁੜ ਕੇ ਉਸ ਕਰਾਊਡ ਨੂੰ ਕੰਟਰੋਲ ਕਰਨਾ ਔਖਾ ਹੁੰਦਾ। ਇਹਨਾਂ ਨੇ ਹੁਣ ਉੱਥੇ ਹਾਈ ਕੋਰਟ ਚ ਲਿਖ ਕੇ ਦਿੱਤਾ ਕਿ ਕਰਾਊਡ ਕੰਟਰੋਲ ਚ ਰਹੇਗੀ, ਕੋਈ ਲੁੱਟਮਾਰ ਨਹੀਂ ਹੋਵੇਗੀ, ਕੋਈ ਗੜਬੜ ਨਹੀਂ ਹੋਵੇਗੀ, ਅਸੀਂ ਸਾਰਾ ਕੁਝ ਪਹਿਲਾਂ ਦੱਸਾਂਗੇ, ਪੁਲਿਸ ਨੇ ਸਭ ਕੁਝ ਮੰਨ ਲਿਆ। ਤੇ ਮੰਨਣ ਨਾਲ ਕੀ ਹੁੰਦਾ? ਲੋਕੀ ਕਹਿਣਗੇ ਜੀ ਅਦਾਲਤ ਵਿਚ ਮੰਨਿਆ ਤਾਂ ਮੁੱਕਰ ਨਹੀਂ ਸਕਦੇ। ਇਹ ਕੌਣ ਕਹਿੰਦਾ ਮੁੱਕਰ ਨਹੀਂ ਸਕਦੇ? 1992 ਦੀ 6 ਦਸੰਬਰ ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ ਆ, ਉਹਨੂੰ ਢਾਉਣ ਤੋਂ ਪਹਿਲਾਂ ਵੀ ਇਹਨਾਂ ਨੇ ਲਿਖ ਕੇ ਦਿੱਤਾ ਸੀ ਅਦਾਲਤ ਨੂੰ ਕਿ ਅਸੀਂ ਕੋਈ ਗੜਬੜ ਨਹੀਂ ਕਰਾਂਗੇ, ਅਸੀਂ ਕੋਈ ਕਾਰ ਸੇਵਾ ਨਹੀਂ ਕਰਾਂਗੇ। ਫਿਰ ਕਾਰ ਸੇਵਾ ਵੀ ਕੀਤੀ, ਬਾਬਰੀ ਮਸਜਿਦ ਢਾ ਦਿੱਤੀ ਤੇ ਢਾ ਕੇ ਸਾਰੇ ਦੇ ਸਾਰੇ ਸੁੱਕੇ ਨਿਕਲ ਗਏ। ਮੁਕਦਮਾ ਇੱਕ ਬਣਿਆ ਜਿਹੜਾ ਅਜੇ ਤੱਕ ਕਿਸੇ ਪਾਸੇ ਲੱਗਾ ਨਹੀਂ, ਤੇ ਮੇਰਾ ਖਿਆਲ ਹੈ ਕਿ ਉਹ ਕਦੇ ਕਿਸੇ ਪਾਸੇ ਲੱਗਣਾ ਵੀ ਨਹੀਂ, ਉਦਾਂ ਦਾ ਉਦਾਂ ਹੀ ਆ। ਹੁਣ ਇਹਨਾਂ ਨੇ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਤੇ ਅੱਖ ਰੱਖੀ ਆ, ਉਹਦੇ ਮੁਤਾਬਕ ਇਹਨਾਂ ਨੇ ਰੱਥ ਯਾਤਰਾ ਕੱਢਣੀ ਸੀ। ਉੱਥੋਂ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਹਿਤਾ ਜੀ ਅੱਗੋਂ ਪਾਰਲੀਮੈਂਟ ਚੋਣਾਂ ਨੇੜੇ ਆ, ਗੜਬੜ ਹੋਣ ਦਾ ਡਰ ਆ, ਇਸ ਕਰਕੇ ਅਸੀਂ ਰੱਥ ਯਾਤਰਾ ਨਹੀਂ ਕੱਢਦੇ।
ਇਹਨਾਂ ਨੇ ਆਖਿਆ ਅਸੀਂ ਕੱਢਣੀ ਕੱਢਣੀ। ਇਹਦੇ ਤੋਂ ਪਹਿਲਾਂ ਤਿੰਨ ਚਾਰ ਰੈਲੀਆਂ ਕਰਕੇ ਆਇਆ ਉੱਥੇ ਜਿਹੜਾ ਅਮਿਤ ਸ਼ਾਹ ਭਾਜਪਾ ਦਾ ਪ੍ਰਧਾਨ, ਉਹਨਾਂ ਰੈਲੀਆਂ ਚ ਅਮਿਤ ਸ਼ਾਹ ਨੇ ਆਖਿਆ ਕੀ ਹੈ, ਉਹਨਾਂ ਰੈਲੀਆਂ ਚ ਕਹਿ ਕੇ ਆਇਆ ਕਿ ਜਿਹੜੇ ਬੰਗਲਾਦੇਸ਼ ਤੋਂ ਆਉਣ ਵਾਲੇ ਮੁਸਲਿਮ ਘੁਸਪੈਠੀਏ ਉਹ ਤ੍ਰਿਣਮੂਲ ਕਾਂਗਰਸ ਵਾਲਿਆਂ ਨੂੰ ਆਪਣੀ ਮਾਸੀ ਦੇ ਪੁੱਤ ਸਮਝਦੇ ਆ, ਬੜੇ ਭੱਦੇ ਲਹੋ ਜਿਹੇ ਨੇ ਵਰਤੇ। ਇਹਨੇ ਇਹ ਵੀ ਆਖਿਆ ਕਿ 40 ਲੱਖ ਮੁਸਲਮਾਨ ਜਿਹੜੇ ਆ ਇੱਥੇ ਘੁਸਪੈਠੀ ਆ, 9 ਲੱਖ ਮੁਸਲਮਾਨ ਗੈਰ ਕਾਨੂੰਨੀ ਨਾਗਰਿਕ ਨੇ ਜਿਹੜੇ ਅਸਾਮ ਦੇ ਵਿਚ ਪਹਿਲੇ ਗੇੜ ਚ ਆਪਣੀ ਨਾਗਰਿਕਤਾ ਸਾਬਤ ਨਹੀਂ ਕਰ ਸਕੇ, ਤੇ ਅਦਾਲਤ ਨੇ ਉਹਨਾਂ ਨੂੰ ਟਾਈਮ ਦਿੱਤਾ ਕਿ ਤੁਸੀਂ ਦੂਜੇ ਜਾਂ ਤੀਜੇ ਗੇੜ ਦੇ ਵਿਚ ਵੀ ਸਾਬਤ ਕਰ ਸਕਦੇ ਹੋ। ਅਜੇ ਉਹ ਪ੍ਰੋਸੈਸ ਚੱਲਦਾ ਪਿਆ ਜੀ, ਉਹਦੇ ਤੋਂ ਪਹਿਲਾਂ ਹੀ ਇਹਨੇ ਇਹ ਨਾਰਾ ਦਿੱਤਾ ਕਿ ਸਾਰੇ ਦੇ ਸਾਰੇ ਘੁਸ ਬੈਠੀ ਆ ਤੇ ਸਾਰੇ ਨਜਾਇਜ਼ ਜਿੱਥੇ ਲੋਕ ਬੈਠੇ ਹੋਏ ਨੇ। ਕੱਲ ਨੂੰ ਜਦੋਂ ਇਹਨੇ ਰੱਥ ਯਾਤਰਾ ਕੱਢਣੀ ਆ ਫਿਰ ਕੀ ਕਰੇਗਾ। ਇੱਕ ਵਾਰੀ 1999 ਚ 90 ਚ ਰੱਥ ਯਾਤਰਾ ਕੱਢੀ ਸੀ ਲਾਲ ਕ੍ਰਿਸ਼ਨ ਅਡਵਾਨੀ ਨੇ, ਉਹ ਇਹਨਾਂ ਦੀ ਪਾਰਟੀ ਦਾ ਹੀ ਪ੍ਰਧਾਨ ਸੀ, ਇਹਨਾਂ ਦਾ ਸਿਆਸੀ ਵੱਡਾ ਵਡੇਰਾ ਸੀ। ਉਹ ਰੱਥ ਯਾਤਰਾ ਭਾਰਤ ਦੇ ਜਿਹੜੇ ਜਿਹੜੇ ਸੂਬੇ ਚੋਂ ਜਿਹੜੇ ਜਿਹੜੇ ਵੱਡੇ ਸ਼ਹਿਰ ਚੋਂ ਲੰਘੀ, ਅੱਧੇ ਤੋਂ ਵੱਧ ਥਾਵਾਂ ਦੇ ਉੱਤੇ ਬਾਅਦ ਵਿਚ ਦੰਗੇ ਹੋ ਗਏ ਸਨ। ਇਹ ਹੁਣ ਜਦੋਂ ਇੱਦਾਂ ਦੀ ਰੱਥ ਯਾਤਰਾ ਕਰਨਗੇ ਤੇ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਉੱਥੇ ਗੜਬੜ ਹੋ ਸਕਦੀ ਆ, ਇਹ ਡਰ ਰਹੇਗਾ। ਤੇ ਜਦੋਂ ਅਮਿਤ ਸ਼ਾਹ ਕਹਿੰਦਾ ਕਿ ਅਸੀਂ ਇੱਦਾਂ ਦੀ ਗੜਬੜ ਨਹੀਂ ਕਰਨੀ, ਜਿਹੜੇ ਲੋਕਾਂ ਦੀ ਉੱਤੇ ਭਰੋਸਾ ਕਰ ਲਓ। ਅਮਿਤ ਸ਼ਾਹ ਕੋਈ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਤੇ ਕਲਿਆਣ ਸਿੰਘ ਤੋਂ ਵੱਡਾ ਤਾਂ ਨਹੀਂ ਜੀ। ਵਾਜਪਾਈ ਉਦੋਂ ਆਪੋਜੀਸ਼ਨ ਲੀਡਰ ਹੁੰਦਾ ਸੀ, ਅਡਵਾਨੀ ਦੂਸਰੇ ਉਸ ਵਿਚ ਆਪੋਜੀਸ਼ਨ ਲੀਡਰ ਸੀ, ਕਲਿਆਣ ਸਿੰਘ ਯੂਪੀ ਦਾ ਮੁੱਖ ਮੰਤਰੀ ਸੀ। ਜਦੋਂ ਉਹਨਾਂ ਨੇ ਲਿਖ ਕੇ ਦਿੱਤਾ ਸੀ ਅਸੀਂ ਗੜਬੜ ਨਹੀਂ ਕਰਾਂਗੇ ਤੇ ਲਿਖ ਕੇ ਸੁਪਰੀਮ ਕੋਰਟ ਚ ਦਿੱਤਾ ਸੀ ਤੇ ਉਹਦੇ ਬਾਵਜੂਦ ਗੜਬੜ ਕਰ ਦਿੱਤੀ ਸੀ, ਤੇ ਇਸ ਅਮਿਤ ਸ਼ਾਹ ਨੇ ਜਿਹੜਾ ਭਰੋਸਾ ਦਿੱਤਾ, ਇਸ ਭਰੋਸੇ ਦੇ ਉੱਤੇ ਵੀ ਕਿੰਨਾ ਕੰਮ ਕੀਤਾ ਜਾ ਸਕਦਾ। ਡਰ ਇਸ ਗੱਲ ਦਾ ਹੈਗਾ ਕਿ ਇਹਦੇ ਨਾਲ ਪੱਛਮੀ ਬੰਗਾਲ ਦੇ ਵਿਚ ਕਿਸੇ ਕਿਸਮ ਦੀ ਕੋਈ ਗੜਬੜ ਹੋ ਸਕਦੀ ਹੈ ਜੀ। ਬਿਲਕੁਲ ਹੋ ਸਕਦੀ ਹੈ ਪੰਨੂ ਸਾਹਿਬ, ਜਿਹੜੀਆਂ ਗੱਲਾਂ ਦੇ ਖਦਸ਼ੇ ਤੁਸੀਂ ਜ਼ਾਹਰ ਕੀਤੇ ਨੇ ਕਾਫੀ ਹੱਦ ਤੱਕ ਨੇ, ਔਰ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਸਾਡੇ ਸਿਆਸਤਦਾਨ ਕਰੀ ਜਾਂਦੇ ਨੇ ਹੁਣ ਤਾਂ ਬਥੇਰੇ ਆ, ਜਿਹੜੇ ਆਮ ਲੋਕਾਂ ਨੇ ਤਾਂ ਕਨਫਿਊਜ਼ਨ ਦੇ ਵਿਚ ਪੈਣਾ ਹੀ ਆ, ਸਾਡੇ ਤਾਂ ਦੇਵੀ ਦੇਵਤੇ ਆ ਜਿਹੜੇ ਉਹ ਕਨਫਿਊਜ਼ ਹੋਣਗੇ। ਹਨੂੰਮਾਨ ਹੋਰਾਂ ਨੂੰ ਵੀ ਜੇ ਇਸ ਵਕਤ ਆਪਦਾ ਜਾਤੀ ਸਰਟੀਫਿਕੇਟ ਬਣਾਉਣਾ ਪਵੇ ਤਾਂ ਮੇਰੇ ਖਿਆਲ ਚ ਬੀਜੇਪੀ ਵਾਲਿਆਂ ਨੇ ਉਹਨੂੰ ਵੀ ਗੁੰਮਰਾਹ ਕਰ ਦੇਣਾ। ਕੋਈ ਆਖੀ ਜਾਂਦਾ ਜੱਟ ਸੀ ਹਨੂੰਮਾਨ, ਕੋਈ ਆਖੀ ਜਾਂਦਾ ਦਲਿਤ ਸੀ। ਵਿਚਾਰਾ ਹਨੂੰਮਾਨ ਸੋਚਦਾ ਹੋਊਗਾ ਮੈਂ ਕਿਹੜੇ ਭਾਰਤ ਦੇ ਵਿਚ ਕਿਹੜੇ ਲੀਡਰਾਂ ਦੇ ਵਿਚਾਲੇ ਫਸ ਗਿਆ, ਲੰਕਾ ਨੂੰ ਸਾੜ ਕੇ ਆ ਗਿਆ ਸੀ, ਆਪਣੇ ਘਰ ਦੇ ਵਿਚ ਸਾੜ ਫੂਕ ਕਰਨ ਵਾਲਿਆਂ ਦੇ ਵਿਚਾਲੇ ਫਸਿਆ ਪਿਆ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਆਖਿਆ ਕਿ ਰਾਮ ਜੀ ਜਿੱਥੇ ਜਾਂਦੇ ਸਨ ਆਪਣੇ ਨਾਲ ਸੇਵਾ ਕਰਨ ਵਾਸਤੇ ਇੱਕ ਭਗਤ ਹਨੂੰਮਾਨ ਨੂੰ ਰੱਖਦੇ ਸਨ। ਕਮਾਲ ਹੈ, ਇਹ ਉਹਨੇ ਕਿੱਥੋਂ ਪੜ੍ਹ ਲਿਆ, ਕਿਹੜੇ ਗ੍ਰੰਥ ਚੋਂ ਪੜ੍ਹ ਲਿਆ ਪਤਾ ਹੀ ਨਹੀਂ। ਉਹਨੂੰ ਇਹ ਨਹੀਂ ਪਤਾ ਕਿ ਭਗਵਾਨ ਰਾਮ ਤੋਂ 3000 ਸਾਲ ਬਾਅਦ ਇੱਥੇ ਜਾਤ ਪ੍ਰਥਾ ਜਿਹੜੀ ਚੱਲੀ ਸੀ, 4 ਵਰਨ ਚੱਲੇ ਸੀ, ਉਹ ਤੇ ਜਾਤ ਪ੍ਰਥਾ ਹੁੰਦੀ ਨਹੀਂ ਸੀ ਰਾਮ ਜੀ ਦੇ ਵਕਤ, ਤੇ ਦਲਿਤ ਕਿੱਥੋਂ ਆ ਗਏ। ਉਹਦੇ ਇਸ ਬਿਆਨ ਦੇ ਉੱਤੇ ਵਿਵਾਦ ਛਿੜਿਆ ਤੇ ਉੱਤਰ ਪ੍ਰਦੇਸ਼ ਦੇ ਇੱਕ ਭਾਜਪਾ ਦੇ ਮੰਤਰੀ ਨੇ ਕਹਿਤਾ ਨਹੀਂ ਥੋੜੀ ਜਿਹੀ ਕਿਤੇ ਯੋਗੀ ਜੀ ਨੂੰ ਗਲਤ ਫਹਿਮੀ ਲੱਗੀ ਆ, ਹਨੂੰਮਾਨ ਜੀ ਦਲਿਤ ਨਹੀਂ ਸੀ ਉਹ ਤਾਂ ਆਰੀਆ ਸੀ। ਇਹ ਆਰੀਆ ਵਾਲੀ ਉਹਨੇ ਮੋਹਰ ਕਿੱਥੋਂ ਲਵਾ ਲਈ ਆਰੀਆ ਤੇ, ਉਸ ਤੋਂ ਬਾਅਦ ਕਾਇਦ ਦੱਸੀ ਦੀ ਪਤਾ ਨਹੀਂ ਉਦੋਂ ਆਏ ਕਿ ਪਿੱਛੋਂ ਆਏ ਆ, ਕਿਸੇ ਨੂੰ ਕੀ ਪਤਾ। ਵੈਸੇ ਮੈਂ ਸਮਝਾ ਕਿ ਭਗਵਾਨ ਰਾਮ ਤੋਂ ਪਹਿਲਾਂ ਆਰੀਆ ਆ ਗਏ ਸੀ, ਜੇ ਪਹਿਲਾਂ ਵੀ ਆ ਗਏ ਹੋਣ ਇਹ ਜਾਤਾਂ ਪਾਤਾਂ ਇਹ ਚੱਕਰ ਕੀ ਹੈ। ਇਹਦੇ ਤੋਂ ਬਾਅਦ ਉੱਥੇ ਇੱਕ MLC ਹੈ, ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਇੱਥੇ ਉਹ MLA ਜਾਣਦੇ ਆ, ਕਿਉਂਕਿ ਸਾਡੀ ਅਸੈਂਬਲੀ 2 ਟਾਇਰ ਨਹੀਂ ਗੀ, ਸਿੰਗਲ ਟਾਇਰ ਹੈ। ਜਿਹੜੇ ਜਿਹੜੇ ਸੂਬਿਆਂ ਚ 2 ਟਾਇਰ ਹੈ ਉੱਥੇ ਇੱਕ ਵਿਧਾਨ ਸਭਾ ਹੁੰਦੀ ਹੈ ਜਿਹਦੇ ਮੈਂਬਰਾਂ ਨੂੰ MLA ਆਖੀਦਾ, ਇੱਕ ਵਿਧਾਨ ਪ੍ਰੀਸ਼ਦ ਹੁੰਦੀ ਉਹਦੇ ਮੈਂਬਰਾਂ ਨੂੰ MLC ਆਖੀਦਾ। ਉੱਤਰ ਪ੍ਰਦੇਸ਼ ਦੇ ਵਿਚ ਜਿਹੜੀ ਵਿਧਾਨ ਪ੍ਰੀਸ਼ਦ ਆ ਉਹਦਾ ਇੱਕ ਭਾਜਪਾ ਦਾ ਮੈਂਬਰ ਆ ਭੋਕਲ ਨਵਾਬ, ਮੁਸਲਮਾਨ ਹੈ, ਪਹਿਲਾਂ ਉਹ ਸਮਾਜਵਾਦੀ ਪਾਰਟੀ ਚ ਵੀ ਰਿਹਾ, ਕਾਂਗਰਸ ਚ ਵੀ ਰਿਹਾ, ਪਤਾ ਨੀ ਕਿਹਦੇ ਕਿਹਦੇ ਚ ਰਿਹਾ, ਅੱਜ ਕੱਲ ਭਾਜਪਾ ਚ ਹੈ। ਉਹਨੇ ਬਿਆਨ ਦੇ ਦਿੱਤਾ ਕਹਿੰਦਾ ਨਹੀਂ ਜੀ ਨਾ ਤਾਂ ਉਹ ਆ ਗਿਆ ਸੀ ਤੇ ਨਾ ਯੋਗੀ ਜੀ ਦੀ ਗੱਲ ਠੀਕ ਹੈ ਕਿ ਉਹ ਦਲਿਤ ਹੁੰਦਾ ਸੀ, ਦੋਵੇਂ ਹੀ ਨਹੀਂ, ਤੇ ਫਿਰ ਪੁੱਛਿਆ ਕੌਣ ਸੀ, ਕਹਿੰਦਾ ਮੇਰਾ ਖਿਆਲ ਮੁਸਲਮਾਨ ਸੀ, ਉਹਦਾ ਨਾਂ ਹਨੂੰਮਾਨ ਸੀ, ਸਾਡੇ ਕੋਲ ਰਹਿਮਾਨ ਹੁੰਦੇ ਆ,
ਲੁਕਮਾਨ ਹੁੰਦੇ ਆ, ਸੁਲੇਮਾਨ ਹੁੰਦੇ ਆ, ਇਹ ਸਾਰੇ ਮਾਨ ਸਾਡੇ ਨਾਲ ਹੁੰਦੇ ਆ। ਹਿੰਦੂ ਧਰਮ ਦੇ ਵਿਚ ਆਪਣੇ ਨਾਂ ਨਾਲ ਮਾਨ ਰੱਖਣ ਦਾ ਰਿਵਾਜ ਨੀ ਗਾ, ਇਸ ਕਰਕੇ ਉਹ ਹਿੰਦੂ ਤਾਂ ਹੋ ਹੀ ਨੀ ਸਕਦਾ, ਉਹ ਤਾਂ ਆਮ ਮੁਸਲਮਾਨ ਸੀ। ਹੁਣ ਇੰਨੇ ਸਿਆਣੇ ਭੁੱਕਲ ਨਵਾਬ ਨੂੰ ਇਹ ਨੀ ਪਤਾ ਕਿ ਭਗਵਾਨ ਰਾਮ ਤੋਂ 2500 ਸਾਲ ਬਾਅਦ ਇਸਲਾਮ ਜੰਮਿਆ, ਉਦੋਂ ਤੇ ਜੇ ਇਸਲਾਮ ਹੀ ਨੀ ਸੀ ਪੈਦਾ ਹੋਇਆ ਤੇ ਮੁਸਲਮਾਨ ਦਲਿਤ ਕਿੱਥੋਂ ਹਨੂਮਾਨ ਬਣ ਗਿਆ? ਹਨੂਮਾਨ ਮੁਸਲਮਾਨ ਤਾਂ ਹੀ ਹੋ ਸਕਦਾ ਜੇ ਦੁਨੀਆਂ ਉੱਤੇ ਇਸਲਾਮ ਹੋਵੇ, ਇਸਲਾਮ ਤੇ ਉਦੋਂ ਹੈ ਨੀ ਸੀ ਇਸਲਾਮ। ਅੱਜ ਇੱਕ ਉੱਥੋਂ ਦੇ ਯੂਪੀ ਦੇ ਮੰਤਰੀ ਦਾ ਹੋਰ ਬਿਆਨ ਆ ਗਿਆ, ਸਾਡੇ ਪੰਜਾਬ ਵਿਚ ਜਿਨ੍ਹਾਂ ਨੂੰ ਜੱਟ ਕਹਿੰਦੇ ਆ, ਯੂਪੀ ਹਰਿਆਣਾ ਰਾਜਸਥਾਨ ਦੇ ਵਿਚ ਉਹਨਾਂ ਨੂੰ ਜਾਟ ਕਹਿੰਦੇ ਹੈ, ਨਸਲ ਇੱਕੋ ਹੀ ਹੈ। ਜੱਟ ਜਿਹੜਾ ਉਹ ਖੇਤੀ ਕਰਦਾ, ਜਾਟ ਖੇਤੀ ਕਰਦਾ। ਜਿਹੜੇ ਜਾਟ ਹੁੰਦੇ ਸਨ ਉਹਨਾਂ ਵਿਚੋਂ ਜਿਹੜੇ ਸਿੱਖ ਬਣ ਗਏ ਉਹ ਜੱਟ ਬਣ ਗਏ। ਔਰ ਇਹਨਾਂ ਦੀ ਇਹ ਹਾਲਤ ਹੈ ਕਿ ਰਾਤ ਦਿਨ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਆ। ਚਾਚਾ ਚੰਡੀਗੜ੍ਹੀਆ ਗੁਰਨਾਮ ਸੋ ਤੀਰ ਹੁੰਦਾ ਸੀ, ਉਹ ਵਿਅੰਗ ਲਿਖਦਾ ਹੁੰਦਾ ਸੀ ਤੇ ਉਹ ਲਿਖਣ ਲੱਗਿਆ ਅੱਗਾ ਪਿੱਛਾ ਨਹੀਂ ਵੇਖਦਾ, ਆਪ ਉਹ ਅਕਾਲੀਆਂ ਚ ਹੋਣ ਕਰਕੇ ਬਹੁਤਾ ਅਕਾਲੀਆਂ ਦੇ ਖਿਲਾਫ਼ ਲਿਖ ਜਾਂਦਾ ਸੀ, ਸਿੱਖ ਹੋਣ ਕਰਕੇ ਸਿੱਖਾਂ ਦੇ ਅੰਦਰ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਤੇ ਲਿਖਦਾ ਸੀ। ਤੇ ਇੱਕ ਵਾਰੀ ਉਹਨੇ ਟਕੋਰ ਲਾਈ ਸੀ, ਕਹਿੰਦਾ ਚੰਗਾ ਹੀ ਹੋਇਆ ਜੱਟ ਪੈਦਾ ਹੋ ਗਏ, ਨਹੀਂ ਤੇ ਆ ਵਾਈ ਖੇਤੀ ਦਾ ਗੰਦਾ ਜਿਹਾ ਕੰਮ ਬੰਦਿਆਂ ਨੂੰ ਕਰਨਾ ਪੈਣਾ ਸੀ, ਇਹਦਾ ਮਤਲਬ ਜੱਟ ਬੰਦੇ ਨਾ ਹੋਏ। ਕਹਿੰਦਾ ਚੰਗਾ ਹੋਇਆ ਜੱਟ ਪੈਦਾ ਹੋ ਗਏ, ਨਹੀਂ ਤੇ ਵਾਈ ਖੇਤੀ ਦਾ ਭੜਾ ਜਿਹਾ ਕੰਮ ਬੰਦਿਆਂ ਨੂੰ ਕਰਨਾ ਪੈਣਾ ਸੀ। ਹੁਣ ਇਹ ਜੱਟ ਹੋਵੇ ਜਾਂ ਜਾਟ ਹੋਵੇ, ਇਹ ਖੇਤੀ ਦਾ ਕੰਮ ਕਰਦੇ ਆ। ਯੂਪੀ ਦੇ ਇੱਕ ਮੰਤਰੀ ਨੇ ਕਹਿਤਾ ਜੀ ਜੋਗੀ ਜੀ ਗਲਤ ਕਹਿੰਦੇ ਆ ਕਿ ਉਹ ਹਨੂਮਾਨ ਦਲਿਤ ਸੀਗਾ, ਫਲਾਨੇ ਸਾਡੇ ਮੰਤਰੀ ਨੇ ਗਲਤ ਕਿਹਾ ਕਿ ਉਹ ਆਰੀਆ ਸੀਗਾ, ਭੁੱਕਲ ਨਵਾਬ ਨੇ ਕਿਹਾ ਜਿਹੜਾ ਕਿ ਉਹ ਮੁਸਲਮਾਨ ਸੀ ਇਹ ਵੀ ਗਲਤ ਹੈ। ਅਸਲ ਗੱਲ ਇਹ ਹੈ ਕਿ ਹਨੂਮਾਨ ਜੱਟ ਹੁੰਦਾ ਸੀ, ਤੇ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਕਿ ਹਨੂਮਾਨ ਜੱਟ ਹੁੰਦਾ ਸੀ ਇਹ ਤੁਹਾਨੂੰ ਕਿੱਦਾਂ ਪਤਾ ਲੱਗਾ? ਕਹਿੰਦਾ ਪੰਜਾਬ ਚ ਜਾ ਕੇ ਵੇਖ ਲਓ, ਜਿੱਥੇ ਬਹੁਤ ਸਾਰੇ ਲੋਕਾਂ ਦੇ ਨਾਂ ਨਾਲ ਮਾਨ ਲੱਗਦਾ ਜਿੱਦਾਂ ਇਹਨਾਂ ਦੇ ਨਾਂ ਨਾਲ ਮਾਨ ਲੱਗਦਾ, ਉਸੇ ਤਰ੍ਹਾਂ ਹਨੂਮਾਨ ਦੇ ਨਾਲ ਵੀ ਹਨੂ ਤੇ ਮਾਨ ਦੋ ਚੀਜ਼ਾਂ ਸੀ, ਇਸ ਕਰਕੇ ਹਨੂਮਾਨ ਜੱਟ ਸੀ। ਉਹ ਜਿਹੜਾ ਗਿਆਨ ਦੇ ਗੱਲ ਚ ਰੱਸਾ, ਹਰ ਕੋਈ ਆਪੋ ਆਪਣੀ ਕਿਸਮ ਦੀਆਂ ਦਲੀਲਾਂ ਦੇ ਕੇ ਤੇ ਪੁੱਠੀਆਂ ਸਿੱਧੀਆਂ ਦਲੀਲਾਂ ਦੇ ਨਾਲ ਹਨੂਮਾਨ ਦੀ ਕੋਈ ਜਾਤ ਲੱਭਦਾ, ਕੋਈ ਧਰਮ ਲੱਭਦਾ, ਇਹ ਸਾਰਾ ਕੁਛ ਹਾਸੋ ਹੀਣਾ। ਇਹਦੇ ਨਾਲ ਦੁਨੀਆਂ ਭਰ ਦੇ ਵਿਚ ਸਾਡੀ ਪੋਜੀਸ਼ਨ ਖਰਾਬ ਹੁੰਦੀ ਹੋਵੇਗੀ ਕਿ ਇਹ ਤਾਂ ਆਪਣੇ ਦੇਵੀ ਦੇਵਤਿਆਂ ਦਾ ਵੀ ਮਜ਼ਾਕ ਉਡਾਈ ਜਾਂਦੇ ਆ। ਬਾਹਰ ਦੁਨੀਆਂ ਚ ਕੋਈ ਤੌਲੀਏ ਦੇ ਉੱਤੇ ਕਿਸੇ ਦੇਵਤੇ ਦੀ ਫੋਟੋ ਬਣਾ ਲੇ, ਕਿਸੇ ਹੋਰ ਦੇ ਉੱਤੇ ਬਣਾ ਲੇ ਤੇ ਅਸੀਂ ਰੌਲਾ ਪਾਉਂਦੇ ਆ, ਪਰ ਆਪ ਇੱਥੇ ਉਹਨਾਂ ਦੇਵੀ ਦੇਵਤਿਆਂ ਦਾ ਐ ਰੱਜ ਕੇ ਮਜ਼ਾਕ ਉਡਾਉਂਦੇ ਪਏ ਆ। ਕੌਮ ਹੋਵੇ ਤੇ ਵੈਸੇ ਇੱਦਾਂ ਦੀ ਹੋਣੀ ਚਾਹੀਦੀ ਹੈ ਜੀ। ਪਰ ਚਾਚਾ ਚੰਡੀਗੜ੍ਹੀਆ ਦੀ ਗੱਲ ਤੁਸੀਂ ਕੀਤੀ ਔਰ ਬੜਾ ਕਮਾਲ ਦਾ ਵਿਅੰਗਕਾਰ ਆਪਾਂ ਕਹਿ ਸਕਦੇ ਹਾਂ ਉਹਨੂੰ, ਥੋੜਾ ਜਿਹਾ ਇਸ ਦੇ ਬਾਰੇ ਵੀ ਕਥਾ ਕਰ ਦਿਓ ਜੀ, ਸਾਡੇ ਸਰੋਤਿਆਂ ਨੂੰ ਪਤਾ ਲੱਗ ਜੂ। ਮੈਨੂੰ ਵੀ ਨਹੀਂ ਪਤਾ ਤਾਂ ਵੈਸੇ ਬਹੁਤਾ, ਤਾਂ ਮੈਨੂੰ ਇੰਨਾ ਜ਼ਰੂਰ ਪਤਾ ਕਿ ਉਹਨਾਂ ਦੀ ਬੇਟੀ ਵੀ ਅੱਜਕੱਲ ਲਿਖਦੀ ਹੈ ਥੋੜਾ ਬਹੁਤ। ਬੇਟੀ ਲਿਖਦੀ ਹੈ ਉਹਨਾਂ ਦੀ ਬੱਬੂ ਤੀਰ, ਮੈਂ ਮਿਲਿਆ ਨੀ ਕਦੇ, ਮੇਰੀ ਉਹਦੇ ਨਾਲ ਕੋਈ ਸਾਂਝ ਨੀ। ਮੈਂ ਉਹਦੀਆਂ ਲਿਖਤਾਂ ਪੜ੍ਹ ਕੇ ਵੇਖੀਆਂ, ਪਿਓ ਧੀ ਦੀਆਂ ਲਿਖਤਾਂ ਚ 80-20 ਦਾ ਫਰਕ ਆ ਜੀ। ਉਹ ਬਹੁਤ ਉੱਪਰ ਸੀ, ਉਥੋਂ ਤੱਕ ਜਾਣਾ ਇਹਦੇ ਵਸਤਾ ਨੀ। ਇਹਦਾ ਵਿਅੰਗ ਪੜ੍ਹ ਕੇ ਵੀ ਬੰਦੇ ਨੂੰ ਸੋਚਣਾ ਪੈਂਦਾ ਕਿ ਹੱਸਣ ਵਾਲੀ ਗੱਲ ਕਿੱਥੇ ਕਹੀ ਹੈ, ਲੱਭਣੀ ਪੈਂਦੀ ਆ ਜੀ। ਉਹਦਾ ਵਿਅੰਗ ਆਪ ਮੁਹਾਰਾ ਵਿਅੰਗ ਹੁੰਦਾ ਸੀ। ਉਹਨੇ ਜਦੋਂ ਇਹ ਲਿਖਿਆ ਕਿ ਕਾਕੇ ਦਾ ਵਿਆਹ ਸੀ ਤੇ ਲੁਧਿਆਣੇ ਤੋਂ ਚੌਰਾ ਐਂਡ ਪਾਰਟੀ ਗਾਉਣ ਵਾਸਤੇ ਸੱਦੀ ਸੀ, ਇਹਦਾ ਮਤਲਬ ਲੋਕਾਂ ਨੂੰ ਸਮਝ ਨਹੀਂ ਆਉਂਦਾ। ਉਹਨੇ ਜਦੋਂ ਇਹ ਲਿਖਿਆ ਕਿ ਭਾਈ ਜੀ ਨੇ ਦੇਗ ਜਿਆਦੀ ਛਕੀ ਸੀ ਤੇ ਅਰਦਾਸ ਕਰਨ ਲੱਗਿਆ, ਉਹਨਾਂ ਨੂੰ ਆਖਿਆ ਗਿਆ ਕਿ ਤੁਸੀਂ ਕਹੋ ਜੀ ਕਾਕੇ ਦੇ ਸਵਰਗਵਾਸੀ ਪਿਤਾ ਜੀ ਦੇ ਭਾਈ ਸਾਹਿਬ ਨੇ ਆ ਪੈਸੇ ਦਿੱਤੇ ਆ, ਤੇ ਉਹਨੇ ਕਹਿਤਾ ਕਾਕੇ ਦੇ ਭਾਈ ਸਾਹਿਬ ਦੇ ਸਵਰਗਵਾਸੀ ਪਿਤਾ ਜੀ ਨੇ ਪੈਸੇ ਦਿੱਤੇ ਆ। ਉਹ ਕਹਿੰਦਾ ਉਹਨੇ ਕਾਕੇ ਦੇ ਨਾਂ ਨਾਲ ਕੌਰ ਲਾਤਾ ਤੇ ਕੁੜੀ ਦੇ ਨਾਂ ਨਾਲ ਸਿੰਘ ਲਾਤਾ, ਇਹ ਵੀ ਗੱਲਾਂ ਉਹਨੇ ਦੱਸੀਆਂ। ਉਹਨੇ ਜਦੋਂ ਇਹਦੇ ਵਿਚ ਬਾਕੀ ਗੱਲਾਂ ਦੱਸੀਆਂ, ਲੜਾਈ ਝਗੜਾ ਦੱਸਿਆ, ਉਹ ਵੀ ਬੜਾ ਕਮਾਲ ਦਾ ਦੱਸਿਆ। ਉਹਨੇ ਮ੍ਰਿਤਕਾਂ ਬਾਰੇ ਵੀ ਦੱਸਿਆ। ਉਹਨੇ ਦੱਸਦਿਆਂ ਦੱਸਦਿਆਂ ਇਹ ਵੀ ਆਖਿਆ ਅਖੀਰ ਤੇ ਕਿ ਕਹਿੰਦਾ ਮੁੜ ਕੇ ਹੋਰ ਕੋਈ ਸਮਝ ਨਹੀਂ ਸੀ ਲੱਗਦੀ ਜਦੋਂ ਜਾਣਾ ਹੀ ਸੀਗਾ, ਤੇ ਮੈਂ ਫਿਰ ਹੌਲੀ ਜੀ ਉਹਨੂੰ ਮੁੰਡੇ ਕੁੜੀ ਨੂੰ ਦੋਵਾਂ ਨੂੰ 125 ਰੁਪਇਆ ਫੜਾ ਕੇ ਆਖਿਆ, ਲੋ ਇੱਥੇ ਤੇ ਜੋ ਹੋਇਆ ਸੋ ਹੋਇਆ, ਹੁਣ ਤੁਸੀਂ ਦੋਵੇਂ ਭੈਣ ਭਰਾਵਾਂ ਨੂੰ ਦਿਨ ਕੱਟਿਓ। ਸਾਜੇ ਵਿਆਹੀ ਜੋੜੀ ਨੂੰ 125 ਰੁਪਇਆ ਫੜਾ ਕੇ ਆਖਣਾ, ਹੁਣ ਤੁਸੀਂ ਭੈਣ ਭਰਾਵਾਂ ਵਾਂਗ ਦਿਨ ਕੱਟਿਓ,
ਇਥੋਂ ਤੇ ਆਪੇ ਹਾਸਾ ਨਿਆ ਆ ਜਾਂਦਾ। ਬਲਵੰਤ ਸਿੰਘ ਮੰਤਰੀ ਹੁੰਦਾ ਸੀ ਉਦੋਂ ਅਕਾਲੀ ਸਰਕਾਰ ਦੇ ਵਿਚ, ਉਹ ਕੱਦ ਚ ਮਧਰਾ ਸੀ ਤੇ ਚਾਚਾ ਚੰਡੀਗੜ੍ਹੀਆ ਗੁਰਨਾਮ ਸਿੰਘ ਤੀਰ ਕੱਦ ਦੇ ਵਿਚ ਮੇਰੇ ਨਾਲੋਂ ਵੀ ਗਿੱਠ ਉੱਚਾ ਸੀ, ਬੜਾ ਉੱਚਾ ਕੱਦ ਸੀ ਉਹਦਾ, ਉੱਚੇ ਲੰਮੇ ਕੱਦ ਵਾਲਾ ਸਰਦਾਰ ਜਿਹੜਾ ਰਾਮ ਚਾਚਾ ਚੰਡੀਗੜ੍ਹੀਆ ਸੀ, ਇਹਦੀ ਤੇ ਬਲਵੰਤ ਸਿੰਘ ਦੀ ਬਣਦੀ ਨੀ ਸੀ। ਤੇ ਉਹਨੇ ਇੱਕ ਵਾਰੀ ਇਹਦੇ ਬਾਰੇ ਵੀ ਲਿਖਤਾ ਕਿ ਇੰਦਰਾ ਗਾਂਧੀ ਨੇ ਆਖਿਆ ਸੀ ਆਓ ਸਾਡੇ ਨਾਲ ਗੱਲ ਕਰ ਲਓ, ਤੇ ਜਦੋਂ ਗੱਲ ਕਰਨ ਜਾਣਾ ਸੀ ਤੇ ਬਲਵੰਤ ਸਿੰਘ ਨੇ ਵਿਰੋਧ ਕਰ ਦਿੱਤਾ ਕਿ ਚਾਚੇ ਚੰਡੀਗੜ੍ਹੀਆ ਨੂੰ ਲੈ ਕੇ ਨਾ ਜਾਓ, ਪਰ ਬਾਕੀਆਂ ਨੇ ਆਖਿਆ ਲੈ ਚਲੋ ਸਿਆਣਾ ਬੰਦਾ, ਉੱਥੇ ਗੱਲ ਕਰਨ ਲੱਗੇ ਤੇ ਇੰਦਰਾ ਗਾਂਧੀ ਨੇ ਆਖਿਆ ਬਾਕੀ ਮੰਗਾਂ ਮੈਂ ਤੁਹਾਡੀਆਂ ਮੰਨ ਲੂ, ਆਹ ਜਿਹੜੀ ਤੁਸੀਂ ਕਹਿੰਦੇ ਨਾ 3 ਫੁੱਟ ਦੀ ਕਿਰਪਾਨ, ਇਹ ਤੁਹਾਡੀ ਸਿੱਖਾਂ ਦੀ ਮੰਗ ਨਹੀਂ ਮੰਨੀ ਜਾ ਸਕਦੀ। ਕਹਿੰਦਾ ਪਹਿਲੀਆਂ ਗੱਲਾਂ ਤੇ ਸੁਰਜੀਤ ਸਿੰਘ ਬਰਨਾਲਾ, ਪ੍ਰਕਾਸ਼ ਸਿੰਘ ਬਾਦਲ ਤੇ ਬਲਵੰਤ ਸਿੰਘ ਗੱਲ ਕਰਦੇ ਸੀ। ਕਹਿੰਦਾ ਜਦੋਂ ਉਹਨੇ ਆਖਿਆ ਕਿ ਤੁਹਾਡੀ 3 ਫੁੱਟ ਦੀ ਕਿਰਪਾਨ ਦੀ ਮੰਗ ਨਹੀਂ ਮੰਨਣੀ, ਤੇ ਮੈਂ ਫਿਰ ਉਸੇ ਵੇਲੇ ਦਖਲ ਦਿੱਤਾ। ਕਹਿੰਦਾ ਚਾਚੇ ਚੰਡੀਗੜ੍ਹੀ ਨੇ ਆਖਿਆ ਕਿ ਤੂੰ ਕੌਣ ਹੈ ਦਖਲ ਗੱਲ ਕਹਿਣ ਵਾਲੀ, ਇਹ ਸਾਡੀ ਗੁਰੂ ਸਾਹਿਬ ਨੇ ਦਿੱਤੀ ਸ੍ਰੀ ਸਾਹਿਬ ਹੈ, ਅਸੀਂ 3 ਫੁੱਟ ਦੀ ਰੱਖੀਏ ਜਾਂ 3 ਮੀਟਰ ਦੀ, ਤੂੰ ਕਿਦਾਂ ਦਖਲ ਦੇ ਸਕਦੀ, ਅੱਜ ਤੂੰ ਸਾਡੀ ਕਿਰਪਾਨ ਕਹਿੰਦੀ ਆ 3 ਫੁੱਟ ਤੋਂ ਵੱਡੀ ਨੀ ਚਾਹੀਦੀ, ਭਲਕੇ ਤੂੰ ਆਖੇਗੀ 4 ਫੁੱਟ ਤੋਂ ਵੱਡੇ ਲੀਡਰ ਨਾਲ ਮੈਂ ਗੱਲ ਨੀ ਕਰਨੀ, ਫਿਰ ਬਲਵੰਤ ਸਿੰਘ ਕਰਿਆ ਕਰੂ। ਮਤਲਬ ਇਸ ਢੰਗ ਨਾਲ ਉੱਥੇ ਜਾ ਕੇ ਮੋੜਾ ਕੱਟ ਕੇ ਚੋਹ ਬੁਲਾਉਣੀ, ਚੋਹ ਬੁਲਾਉਣ ਦਾ ਢੰਗ ਬੜਾ ਸ਼ਾਨਦਾਰ ਹੁੰਦਾ ਸੀ। ਅੱਜ ਜਿਹੜੇ ਅਕਾਲੀਆਂ ਨੇ ਕਈ ਵਾਰੀ ਆਖਿਆ ਸੀ ਅਸਤੀਫੇ ਦੇ ਦੇਣੇ, ਇਹਦੇ ਉੱਤੇ ਉਹਨੇ ਲਿਖਿਆ ਸੀ ਕਿ ਮੈਂ ਘਰਵਾਲੀ ਨੂੰ ਕਿਹਾ ਕਿ ਹੁਣ ਤੂੰ ਸਵੇਰੇ ਉੱਠ ਕੇ ਪਰੌਂਠੇ ਲਾ ਦੇ, ਮੈਂ ਅਸਤੀਫਾ ਦੇਣ ਜਾਣਾ। ਉਹ ਕਹਿੰਦੀ ਕਿਉਂ, ਮੈਂ ਕਿਹਾ ਸੰਤ ਲੌਂਗੋਵਾਲ ਨੇ ਆਖਿਆ ਕਿ ਸਾਰਾ ਪੰਥ ਅਸਤੀਫੇ ਦਊ, ਤੇ ਉਹ ਕਹਿੰਦੀ ਕਿ ਬਾਕੀ ਪੰਥ ਤੇ ਅਸਤੀਫੇ ਦਊਗਾ, ਤੂੰ ਤੇ ਮੈਂਬਰ ਪੰਚਾਇਤ ਵੀ ਨਹੀਂ, ਤੂੰ ਕਾਹਦਾ ਅਸਤੀਫਾ ਦੇਣਾ। ਮੈਂ ਕਿਹਾ ਤੈਨੂੰ ਪਤਾ ਨੀ ਗਾ, ਅਕਾਲੀ ਦਲ ਚ ਰਵਾਇਤ ਹੈ ਜਦੋਂ ਏਦਾਂ ਦਾ ਕੰਮ ਕਰਨਾ ਹੋਵੇ ਨਾ, ਤੇ ਮੇਰੇ ਵਰਗੇ ਕਈ ਬੰਦੇ ਓਦਾਂ ਹੀ ਉੱਠ ਕੇ ਕਹਿੰਦੇ ਜੀ ਮੈਂ ਵੀ ਅਸਤੀਫਾ ਦਿੱਤਾ, ਲੋਕੀ ਪੁੱਛਦੇ ਨੀ ਕਾਹਤੋਂ ਦਿੱਤਾ, ਲੋਕੀ ਜਕਾਰੇ ਛੱਡੀ ਜਾਂਦੇ ਹੁੰਦੇ ਆ, ਤੇ ਮੈਂ ਵੀ ਜਕਾਰਾ ਹੀ ਛੱਡਣਾ ਉੱਥੇ, ਮੈਂ ਕਿਹੜਾ ਅਸਤੀਫਾ ਦੇਣ ਲੱਗਾ। ਉਹ ਕਹਿੰਦੀ ਤੂੰ ਤਾਂ ਫਿਰ ਚੱਲ ਕਰਨ ਚੱਲਿਆ ਡਰਾਮਾ, ਸਿਰਫ ਜਕਾਰਾ ਹੀ ਛੱਡਣਾ, ਤੂੰ ਅਸਤੀਫਾ ਨਹੀਂ ਦੇਣਾ। ਤੇ ਜਿਨ੍ਹਾਂ ਨੇ ਸੱਚੀ ਮੁੱਚੀ ਪਾਰਲੀਮੈਂਟ ਦੇ ਤੇ ਵਿਧਾਨ ਸਭਾ ਦੀ ਮੈਂਬਰੀ ਛੱਡਣੀ ਆ, ਮੈਂ ਉਹਨਾਂ ਵਾਸਤੇ ਵੀ ਦੇਸੀ ਘਿਓ ਦੇ ਪਰੌਂਠੇ ਲਾ ਦਿਆ, ਤੂੰ ਦੋ ਟੋਕੇ ਨਾਲ ਲੈ ਜਾ, ਉਹਨਾਂ ਨੂੰ ਵੀ ਸਿਖਾ ਦੀ। ਤੇ ਕਹਿੰਦਾ ਮੈਂ ਉਹਨੂੰ ਹੱਸ ਕੇ ਆਖਿਆ ਭਲੀਏ ਮਾਨਸੇ, ਇਹ ਪਰੌਂਠੇ ਸਾਡੇ ਖਾਣ ਵਾਲੇ ਆ, ਜਿਨ੍ਹਾਂ ਨੇ ਸੱਚੀ ਮੁੱਚੀ ਦੇ ਅਸਤੀਫੇ ਦੇਣੇ ਤੇ ਪਾਰਲੀਮੈਂਟ ਦੀ ਅਸੈਂਬਲੀ ਸੀਟ ਛੱਡਣੀ ਹੈ ਸੀਟ, ਉਹਨਾਂ ਨੂੰ ਤੇ ਅੱਜ ਦੇਸੀ ਘਿਓ ਦਾ ਕੜਾਹ ਨੀ ਲੰਘਣਾ, ਤੂੰ ਪਰੌਂਠਿਆਂ ਦੀ ਗੱਲ ਕਰਨ ਡਈ ਆ। ਮਤਲਬ ਉਹ ਜਿਹੜੇ ਢੰਗ ਨਾਲ ਗੱਲ ਕਰਦਾ ਹੁੰਦਾ ਸੀ ਨਾ, ਉਹਦਾ ਗੱਲ ਕਰਨ ਦਾ ਢੰਗ ਬੜਾ ਜ਼ਬਰਦਸਤ ਸੀ। ਉਹਦੀਆਂ ਪੁਰਾਣੀਆਂ ਲਿਖਤਾਂ ਕੱਢ ਕੇ ਪੜ੍ਹੀਏ ਤੇ ਮਜ਼ਾ ਆ ਜਾਂਦਾ ਕਿ ਸਾਡੀ ਪੰਜਾਬੀ ਦੇ ਕੋਲ ਇੰਨਾ ਸ਼ਾਨਦਾਰ ਇੱਕ ਲੇਖਕ ਵੀ ਹੁੰਦਾ ਸੀ। ਜੀ ਪਰ ਸਰ ਕਿਤਾਬਾਂ ਦੇ ਨਾਮ ਚੇਤੇ ਨੇ ਜੀ ਉਹਨਾਂ ਦੀਆਂ ਦੇ ਕੋਈ ਜਿਹੜੇ ਆਰਟੀਕਲ? ਕਿਤਾਬਾਂ ਦੇ ਨਾਮ ਚੇਤੇ ਨਹੀਂ, ਇਹ ਤਾਂ ਜੇ ਤੁਹਾਨੂੰ ਪਤਾ ਹੋਵੇ ਕਿ ਬੱਬੂ ਤੀਰ ਕਿੱਥੇ ਰਹਿੰਦੀ ਆ ਤੇ ਉੱਥੋਂ ਮਿਲ ਸਕਦੇ, ਓਦਾਂ ਮੈਨੂੰ ਉਹਦੀ ਕੋਠੀ ਦਾ ਇੱਕ ਰਫ ਆਈਡੀਆ ਹੈਗਾ ਕਿ ਚੰਡੀਗੜ੍ਹ ਜਿੱਥੇ ਬੱਸ ਅੱਡਾ ਉਹ 17 ਸੈਕਟਰ ਦੀ ਨੁੱਕਰ ਤੇ ਆ, ਉਹਨੂੰ ਬਿਲਕੁਲ ਸਾਹਮਣੇ 18 ਸੈਕਟਰ ਆ, ਤੇ ਜਿਹੜਾ 18 ਸੈਕਟਰ ਦੀ ਨੁੱਕਰ ਬੱਸ ਅੱਡੇ ਵਾਲੀ ਨੁੱਕਰ ਨਾਲ ਜੁੜਦੀ ਆ, ਵਿਚਾਲੇ ਸਿਰਫ ਚੌਕ ਹੈ, ਉਹ ਪਹਿਲਾਂ ਹੀ ਨੁੱਕਰ ਵਾਲਾ ਘਰ ਉਹਨਾਂ ਦਾ। ਇੱਕ ਵਾਰੀ ਉਹਨੇ ਇਹਦੇ ਉੱਤੇ ਵੀ ਲਿਖਿਆ ਸੀ ਕਿ ਨੁੱਕਰ ਤੇ ਘਰ ਹੋਣ ਵਾਸਤੇ ਹੋਣ ਕਰਕੇ ਕਈ ਲੋਕੀ ਨਾ ਇਸ ਕਰਕੇ ਵਿਚਾਲੇ ਦੇ ਕੋਲ ਰਾਤ ਕੱਟਾਂਗੇ, ਰਾਤ ਆ ਜਾਂਦੇ ਆ, ਅਸੀਂ ਕੇਸ ਬਾਰੇ ਤੁਹਾਡੇ ਨਾਲ ਸਲਾਹ ਕਰਨੀ ਆ। ਕਹਿੰਦਾ ਕੇਸ ਦੀ ਸਲਾਹ ਵੀ ਕਰਨਗੇ, ਫੀਸ ਵੀ ਮੇਰੀ ਪੁੱਛ ਜਾਣਗੇ, ਤੇ ਮੁੜਕੇ ਕਦੇ ਆਏ ਨੀ, ਮੈਨੂੰ ਬਾਅਦ ਚ ਪਤਾ ਲੱਗਦਾ ਕਿ ਅਸੀਂ ਤੇ ਇੱਥੇ ਆਏ ਸੀ, ਜਾਣਾ ਤਾਂ ਕਿਸੇ ਹੋਰ ਵਕੀਲ ਨਾਲ ਸੀ, ਰਾਤ ਕੱਟਣ ਲਈ ਮੇਰੇ ਕੋਲ ਆ ਗਏ ਸੀ। ਸਹੀ ਜੀ ਪੰਨੂ ਸਾਹਿਬ, ਬਹੁਤ ਮਿਹਰਬਾਨੀ, ਤੁਸੀਂ ਇੱਕ ਵਿਸ਼ੇਸ਼ ਗੱਲਬਾਤ ਆ ਜਿਹੜੀ ਇੱਕ ਵਿਸ਼ੇਸ਼ ਸ਼ਖਸੀਅਤ ਵਾਸਤੇ ਵੀ ਕੀਤੀ ਹੈ, ਕਿਉਂਕਿ ਖ਼ਬਰਾਂ ਅਸੀਂ ਅਕਸਰ ਹੀ ਕਰਦੇ ਰਹਿੰਦੇ ਹਾਂ ਕਿ ਇਹੋ ਜਿਹੀਆਂ ਗੱਲਾਂ ਕਦੇ ਕਦੇ ਪੱਲੇ ਪੈਂਦੀਆਂ, ਪਰ ਤੁਹਾਡਾ ਬਹੁਤ ਧੰਨਵਾਦ ਜੀ। ਤੇ ਨਾਲ ਪੰਨੂ ਸਾਹਿਬ ਸੱਜਣ ਕੁਮਾਰ ਹੋਰਾਂ ਦੀ ਗੱਲ ਕਰ ਲਈਏ। ਹਾਈ ਕੋਰਟ ਵਾਲੇ ਕਹਿੰਦੇ ਵੀ ਹੁਣ ਦੋਤੇ ਪੋਤਿਆਂ ਨੂੰ ਬਹੁਤ ਮਿਲ ਲਿਆ, ਜੇਲ੍ਹ ਤਾਂ ਜਾਣਾ ਹੀ ਪਊ। ਉਹਦੀ ਮੰਗ ਹੀ ਗਲਤ ਸੀ ਕਿ ਮੈਨੂੰ ਇੱਕ ਮਹੀਨਾ ਹੋਰ ਟਾਈਮ ਦਿੱਤਾ ਜਾਵੇ। ਧਿਆਨ ਨਾਲ ਆਰਡਰ ਪੜ੍ਹੀਏ ਤੇ ਉਹਦੇ ਵਿਚ ਲਿਖਿਆ ਕੀ ਉਹਦੀ ਸਜ਼ਾ ਚ, ਇਹ ਲਿਖਿਆ ਕੁਦਰਤੀ ਮੌਤ ਹੋਣ ਤੱਕ ਸੱਜਣ ਕੁਮਾਰ ਜੇਲ੍ਹ ਵਿਚ ਰਹੇਗਾ। ਇਹਦਾ ਮਤਲਬ ਇਹ ਕਿ ਜ਼ਿੰਦਗੀ ਦੇ ਬਾਕੀ ਸਮੇਂ ਚੋਂ ਇੱਕ ਦਿਨ ਵੀ ਉਹਨੂੰ ਬਾਹਰ ਨਹੀਂ ਛੱਡਿਆ ਜਾ ਸਕਦਾ। ਜਿਹਦਾ ਇਹ ਲਿਖਿਆ ਕਿ ਉਹਨੂੰ ਛੁੱਟੀ ਨਹੀਂ ਮਿਲੇਗੀ, ਪਰੋਲ ਨਹੀਂ ਮਿਲੇਗੀ, ਤੇ ਕੁਦਰਤੀ ਮੌਤ ਹੋਣ ਤੱਕ ਜੇਲ੍ਹ ਵਿਚ ਰਹੇਗਾ। ਜੇ ਅੱਜ ਉਹਨੂੰ ਅਦਾਲਤ 1 ਮਹੀਨੇ ਦੀ ਮੋਹਲਤ ਦੇ ਦਿੰਦੀ ਕਿ ਤੂੰ ਮਹੀਨਾ ਘੋਰ ਖਲੋ ਕੇ ਆ ਜਾਵੀਂ, ਤੇ ਗੱਲਾਂ ਕਿੰਨੀਆਂ ਹੋਣੀਆਂ ਸਨ। ਜਿਹੜੇ ਜੱਜਾਂ ਨੇ ਅੱਜ ਇਹ ਮੋਹਲਤ ਦੇਣ ਤੋਂ ਇਨਕਾਰ ਕੀਤਾ, ਉਹਨਾਂ ਨੇ ਨਿਆਂ ਦੀ ਲਾਜ ਰੱਖ ਲਈ। ਇਸ ਬੰਦੇ ਨੇ ਜਿੰਨੇ ਪਾਪ ਕੀਤੇ ਨੇ, ਜਿੱਦਾਂ ਦੇ ਕਤਲ ਕੀਤੇ ਨੇ, ਖਾਸ ਕਰਕੇ ਉਹ ਜਿਹੜੀ ਬੀਬੀ ਨੇ ਇਹਦੇ ਖਿਲਾਫ ਕੇਸ ਲੜਿਆ, ਉਹਦੇ ਨਾਲ ਕਿੰਨੀ ਜ਼ਿਆਦਤੀ ਹੋਈ ਹੈ
ਕਿ ਪਿਓ ਤੇ ਭਰਾ ਦੋਵੇਂ ਉਹਦੇ ਅੱਖਾਂ ਸਾਹਮਣੇ ਸੜ ਕੇ ਮਾਰ ਦਿੱਤੇ ਗਏ ਤੇ ਫਿਰ ਜਦੋਂ ਉਹਨੂੰ ਲਾਲਚ ਦਿੱਤਾ ਗਿਆ ਵੀ ਕਰੋੜਾਂ ਰੁਪਇਆ ਲੈ ਲਾ ਤੇ ਤੂੰ ਕੇਸ ਛੱਡ ਦੇ ਤੇ ਲਾਲਚ ਵਿਚ ਨਹੀਂ ਆਈ ਉਹਨੂੰ ਧਮਕੀਆਂ ਦਿੱਤੀਆਂ ਗਈਆਂ ਉਹ ਧਮਕੀਆਂ ਤੋਂ ਨੀ ਡਰੀ ਤੇ ਫਿਰ ਉਹਨੂੰ ਅੱਤਵਾਦੀਆਂ ਦੇ ਸਾਥੀ ਕਹਿ ਕੇ ਜੇਲ੍ਹ ਭੇਜ ਦਿੱਤਾ ਗਿਆ ਕਾਤਲ ਬਾਹਰ ਲੀਡਰੀ ਕਰਦਾ ਫਿਰ ਪਾਰਲੀਮੈਂਟ ਦੀ ਮੈਂਬਰੀ ਮਾਣੇ ਤੇ ਜਿਹੜੀ ਵਿਚਾਰੀ ਦੇ ਘਰ ਦੇ ਪਿਓ ਤੇ ਭਰਾ ਮਾਰ ਦਿੱਤੇ ਗਏ ਸੀ ਅੱਖਾਂ ਸਾਹਮਣੇ ਪਿਓ ਨੂੰ ਜਿਉਂਦਾ ਸਾੜਿਆ ਗਿਆ ਸੀ ਉਹ 9 ਸਾਲ ਜੇਲ੍ਹ ਵਿਚ ਰਹੀ ਸੀ ਏਡਾ ਵੱਡਾ ਪਾਪ ਜਿਹੜੇ ਦੁਸ਼ਟ ਨੇ ਕੀਤਾ ਹੋਇਆ ਔਰ ਅਦਾਲਤ ਵਿਚ ਜਾ ਕੇ ਉਹ ਪਾਪ ਸਾਬਤ ਹੋ ਚੁੱਕਾ ਉਹ ਏਦਾਂ ਦੇ ਨਖਰੇ ਵਿਖਾਵੇ ਕਿ ਅਦਾਲਤ ਦੇ ਹੁਕਮ ਦੇ ਉੱਤੇ ਜੇਲ੍ਹ ਕੱਟਣ ਵਾਸਤੇ ਵੀ ਮੈਂ ਆਪਣੀ ਮਰਜ਼ੀ ਦੇ ਦਿਨਾਂ ਤੇ ਜਾਊਂਗਾ ਇੱਕ ਮਹੀਨਾ ਹੀ ਛੋੜ ਦੇ ਦਿਓ ਅਗਲੇ ਮਹੀਨੇ ਆਖੇਗਾ ਕਿ ਮੇਰੇ ਜੋਤਸ਼ੀ ਕਹਿੰਦੇ ਆ ਕਿ ਜੇ ਗ੍ਰਹਿ ਚਾਲ ਠੀਕ ਨਹੀਂ ਇੱਕ ਮਹੀਨਾ ਹੋਰ ਰੱਖ ਲਾ ਫਿਰ ਮਹੀਨਾ ਹੋਰ ਦੇਣਾ ਪਊਗਾ ਕਾਨੂੰਨ ਉਹਦੀ ਮਰਜ਼ੀ ਚੱਲੇਗਾ ਆਮ ਲੋਕਾਂ ਨੇ ਕਿਤੇ 500 ਰੁਪਏ ਦਾ ਕੇਸ ਹੋਵੇ ਤੇ ਮਾੜਾ ਜਿਹਾ ਹੁਕਮ ਕੀਤਾ ਹੋਵੇ ਅਦਾਲਤ ਨੇ ਤੇ ਉਹਨਾਂ ਨੂੰ ਜਾ ਕੇ ਇੱਕ ਸਧਾਰਨ ਪੁਲਿਸ ਵਾਲਾ ਬਿਨਾਂ ਕਿਸੇ ਨੋਟਿਸ ਤੋਂ ਫੜ ਕੇ ਲਿਆਉਂਦਾ ਜੇਲ੍ਹ ਸੁੱਟ ਦਿੰਦੇ ਆ ਇਹ ਵੱਡੇ ਲੋਕਾਂ ਨੇ ਕਾਨੂੰਨ ਨੂੰ ਮੋਮਦਾ ਨੱਕ ਕਿਉਂ ਸਮਝ ਲਿਆ ਕਿ ਆਪਣੀ ਮਰਜ਼ੀ ਮੁਤਾਬਕ ਮੋੜ ਦਿੰਦੇ ਆ ਓਮ ਪ੍ਰਕਾਸ਼ ਚੁਟਾਲਾ ਭ੍ਰਿਸ਼ਟਾਚਾਰ ਦੇ ਕੇਸ ਚ 10 ਸਾਲਾਂ ਦੀ ਕੈਦ ਕੱਟਦਾ ਹੋਵੇ ਬਿਮਾਰੀ ਦਾ ਬਹਾਨਾ ਬਣਾਉਂਦਾ ਬਾਹਰ ਆਉਂਦਾ ਤੇ ਪੂਰਾ 1 ਮਹੀਨਾ ਚੋਣ ਜਲਸਿਆਂ ਚ ਬੋਲਦਾ ਆਪਣੇ ਪੁੱਤਰਾਂ ਦੀ ਚੋਣ ਮੁਹਿੰਮ ਚਲਾਈ ਜਾਂਦਾ ਜਦੋਂ ਸ਼ਿਕਾਇਤ ਹੁੰਦੀ ਹੈ ਜਾ ਕੇ ਕਿ ਉਹ ਤਾਂ ਬੰਦਾ ਜੀ ਬਿਮਾਰੀ ਕਹਿ ਕੇ ਗਿਆ ਸੀ ਤੇ ਹੁਣ ਚੋਣ ਮੁਹਿੰਮ ਚਲਾਉਂਦਾ ਪਿਆ ਤੇ ਵੋਟਾਂ ਪੈਣ ਤੋਂ 1.5 ਦਿਨ ਪਹਿਲਾਂ ਜਾ ਕੇ ਜੇਲ੍ਹ ਚ ਪੇਸ਼ ਹੋ ਜਾਂਦਾ ਜੀ ਮੈਂ ਠੀਕ ਹੋ ਗਿਆ ਮੈਨੂੰ ਡਾਕਟਰਾਂ ਆਖਿਆ ਤੂੰ ਜੇਲ੍ਹ ਚਲ ਜਾ ਮੈਂ ਆ ਗਿਆ ਇੰਨੀ ਡਰਾਮੇਬਾਜ਼ੀ ਜਿੱਥੇ ਹੁੰਦੀ ਪਈ ਉਹ ਸੱਜਣ ਕੁਮਾਰ ਨੂੰ ਵੀ ਅੱਜ ਛੋਟ ਮਿਲ ਜਾਂਦੀ ਤੇ ਬਦਨਾਮੀ ਬਹੁਤ ਹੋਣੀ ਸੀ ਜੀ ਪੰਚ ਸਾਹਿਬ ਹੁਣ ਮੇਰੇ ਖਿਆਲ ਦੇ ਵਿਚ ਸੁਪਰੀਮ ਕੋਰਟ ਦੇ ਵਿਚੋਂ ਵੀ ਇਹਨੂੰ ਕੋਈ ਰਾਹਤ ਮਿਲਦੇ ਆਸਾਰ ਤਾਂ ਨਹੀਂ ਹੈ ਹਲੇ ਮੇਰੇ ਸਾਹਿਬ ਜੀ ਦਾ ਕੋਈ ਪਤਾ ਨਹੀਂ ਜਾਂਦਿਆਂ ਜਾਂਦਿਆਂ ਕੇਸ ਦੇ ਵਿਚੋਂ ਇੱਕ ਨੁਕਤਾ ਸਿਰਫ ਇੱਕ ਨੁਕਤਾ ਜੇ ਲੱਭ ਜਾਵੇ ਤੇ ਛੁੱਟ ਵੀ ਸਕਦਾ ਗੱਲ ਤਾਂ ਇੱਕ ਨੁਕਤੇ ਤੇ ਜਾ ਕੇ ਮੁੱਕਣੀ ਜੇ ਨੁਕਤਾ ਇਹਦੇ ਪੱਖ ਦਾ ਨਿਕਲਿਆ ਹੈ ਕੋਈ ਤੇ ਇਹ ਅਜੇ ਵੀ ਛੁੱਟ ਸਕਦਾ ਵੈਸੇ ਮੈਨੂੰ ਇਹ ਲੱਗਦਾ ਕਿ ਕੇਸ ਹੁਣ ਜਿੰਨਾ ਕੁ ਸਿੱਕੇਬੰਦ ਹੋ ਗਿਆ ਇਹਦੇ ਛੁੱਟਣ ਦੇ ਚਾਂਸ ਬਹੁਤ ਘੱਟ ਨੇ ਪਰ ਘੱਟ ਹੀ ਆ ਖਤਮ ਨਹੀਂ ਹੋਏ ਸਹੀ ਅਗਲੀ ਗੱਲ ਕਰਦੇ ਹਾਂ ਜੀ ਅਸੀਂ ਪੰਨੂ ਸਾਹਿਬ ਦੇ ਨਾਲ ਚੋਣ ਮੁਹਿੰਮ ਦਾ ਆਗਾਜ਼ ਹੋ ਰਿਹਾ ਜੀ ਹੁਣ ਕਹਿੰਦੇ ਮੋਦੀ ਹੋਰਾਂ ਦੀ ਰੈਲੀ ਹੈ ਜਿਹੜੀ ਉਹ ਹੋਣੀ ਹੈ ਗੁਰਦਾਸਪੁਰ ਦੇ ਵਿਚ ਇਹ ਜਿਹੜੀ ਗੁਰਦਾਸਪੁਰ ਚ ਰੈਲੀ ਹੈ ਨਾ ਪਹਿਲਾਂ ਤੋਂ ਵੀ ਇਹ ਰਿਵਾਜ ਬਣਿਆ ਕਿ ਬੀਜੇਪੀ ਜਿੱਤਦੀ ਹੈ ਜੇ ਗੁਰਦਾਸਪੁਰ ਚ ਰੈਲੀ ਕਰਕੇ ਸ਼ੁਰੂ ਹੋਵੇ ਇਹ ਭਰਮ ਹੈ ਦਿੱਲੀ ਦੇ ਜਿਹੜੇ ਮੁਗਲ ਬਾਦਸ਼ਾਹ ਹੁੰਦੇ ਸੀ ਉਹਨਾਂ ਨੂੰ ਕਿਸੇ ਨੇ ਆਖਿਆ ਸੀ ਅਜਮੇਰ ਦੇ ਵਿਚ ਫਲਾਨਾ ਜੀ ਨਜੂਮੀ ਬੈਠਾ ਉਹਦੇ ਕੋਲ ਜਾਓ ਸਿੱਕਾ ਸੁੱਟਦਾ ਜੇ ਸਿੱਕੇ ਦੇ ਉੱਤੇ ਹੈਡ ਆ ਜਾਵੇ ਤੁਸੀਂ ਜਿੱਤੋਗੇ ਜੇ ਟੇਲ ਆ ਗਈ ਤੁਸੀਂ ਹਾਰ ਜਾਓਗੇ ਉਹ ਸਾਰੇ ਉਹਦੇ ਕੋਲ ਜਾਂਦੇ ਸੀ ਸਿੱਕਾ ਸੁੱਟਦਾ ਸੀ ਹੈਡ ਆਉਂਦਾ ਸੀ ਉਹ ਲੜਾਈ ਲੜਦੇ ਤੇ ਜਿੱਤ ਜਾਂਦੇ ਬੜੀਆਂ ਜੰਗਾਂ ਏਦਾਂ ਜਿੱਤੀਆਂ ਸੀ ਫਿਰ ਇੱਕ ਜੰਗ ਹੋਈ ਉਹ ਚ ਨਾ ਜਾ ਕੇ ਵੇਖਿਆ ਕਿ ਨਿਕਲਦਾ ਤੇ ਉਹ ਹੈਡ ਆਇਆ ਤੇ ਜੰਗ ਲੜਨ ਚਲੇ ਗਏ ਪਰ ਹਾਰ ਗਏ ਜਦੋਂ ਹਾਰ ਗਏ ਤੇ ਬਾਦਸ਼ਾਹ ਉਹਨਾਂ ਜੋਤਸ਼ੀਆਂ ਕੋਲ ਚਲਾ ਗਿਆ ਪਤਾ ਕਰਨ ਵੀ ਅਸੀਂ ਹਾਰ ਕਿਉਂ ਗਏ ਨਿਕਲਿਆ ਤੇ ਹੈਡ ਸੀ ਉਹਨਾਂ ਨੇ ਦੱਸਣਾ ਸ਼ੁਰੂ ਕੀਤਾ ਜੀ ਇੱਦਾਂ ਗ੍ਰਹਿ ਚਾਲ ਫਲਾਣ ਚਾਲ ਤਾਰਾ ਇੱਧਰੋਂ ਉੱਧਰ ਨੂੰ ਲੰਘ ਗਿਆ ਉਹ ਕਹਿੰਦਾ ਮੈਨੂੰ ਸਿੱਕਾ ਵਿਖਾਓ ਖਾ ਜਦੋਂ ਉਹਨਾਂ ਸਿੱਕਾ ਵਿਖਾਇਆ ਤੇ ਪਤਾ ਲੱਗਿਆ ਉਹ ਸਿੱਕੇ ਦੇ ਦੋਵੇਂ ਪਾਸੇ ਹੈਡ ਬਣਾਇਆ ਸੀ ਤੇ ਕਦੇ ਨਾ ਕਦੇ ਧਾਰਨੇ ਸੀ ਉਹਨਾਂ ਦੇ ਹੈਡ ਇਸ ਕਰਕੇ ਬਣਾਇਆ ਸੀ ਕਿ ਰਾਜੇ ਦੇ ਮਨ ਚ ਭਰੋਸਾ ਪੈਦਾ ਕਰਕੇ ਲੜਨ ਲਈ ਤੋਰ ਦਿਆ ਕਰੀਏ ਆਪੇ ਮਰਜੂ ਤੇ ਮਰਜੇ ਇੱਥੇ ਪਠਾਨਕੋਟ ਗੁਰਦਾਸਪੁਰ ਚ ਹੋਈਆਂ ਰੈਲੀਆਂ ਚ ਕਦੇ ਬੀਜੇਪੀ ਜਿੱਤਦੀ ਵੀ ਹੈ ਕਦੇ ਹਾਰਦੀ ਵੀ ਹੈ ਜਦੋਂ ਵਾਜਪਾਈ ਸਰਕਾਰ ਇੰਡੀਆ ਸ਼ਾਈਨਿੰਗ ਦਾ ਝੰਡਾ ਚੁੱਕ ਕੇ ਤੁਰੀ ਸੀ ਤੇ ਬੜੀ ਬੁਰੀ ਤਰ੍ਹਾਂ ਹਾਰ ਕੇ ਤੇ ਮਨਮੋਹਨ ਸਿੰਘ ਦੀ ਸਰਕਾਰ ਬਣ ਗਈ ਸੀ ਰੈਲੀ ਤੇ ਉਦੋਂ ਵੀ ਪਠਾਨਕੋਟ ਕੀਤੀ ਸੀ ਫਿਰ ਜਿੱਤ ਕਿਉਂ ਨਾ ਗਏ ਇੱਥੇ ਅਕਾਲੀਆਂ ਤੇ ਭਾਜਪਾ ਨੇ ਬੜੀ ਵਾਰੀ ਆਖਿਆ ਕਿ ਰਾਹੁਲ ਗਾਂਧੀ ਜਿਹੜੇ ਸ਼ਹਿਰ ਚ ਜਿਹੜੇ ਹਲਕੇ ਚ ਜਾ ਕੇ ਰੈਲੀ ਕਰੇ ਉਸ ਹਲਕੇ ਚ ਕਾਂਗਰਸ ਹਾਰ ਜਾਂਦੀ ਹੈ ਬੀਬੀ ਹਰਸਿਮਰਤ ਕੌਰ ਬਾਦਲ ਤਾਂ ਕਹਿੰਦੀ ਸੀ ਜਦੋਂ ਇਹ ਆਉਂਦਾ ਤੇ ਮੈਂ ਇਹਦਾ ਸਵਾਗਤ ਕਰਦੀ ਹਾਂ ਕਿ ਸ਼ੁਕਰੀਆ ਇਹ ਆਇਆ ਕਾਂਗਰਸ 2 ਹਲਕੇ ਹਾਰ ਜੇਗੀ ਪਰ ਬੀਬੀ ਹਰਸਿਮਰਤ ਕੌਰ ਬਾਦਲ ਜਾਂ ਅਕਾਲੀਆਂ ਦਾ ਕੋਈ ਲੀਡਰ ਜਾਂ ਭਾਜਪਾ ਦਾ ਇਹ ਨਹੀਂ ਦੱਸਦਾ ਕਿ ਜਦੋਂ ਨਰਿੰਦਰ ਮੋਦੀ ਕੋਟਕਪੂਰੇ ਆ ਕੇ ਬੋਲਿਆ ਸੀ ਉਹਦੀ ਆਂਢ ਗੁਆਂਢ ਕਿੰਨੀਆਂ ਇਹਨਾਂ ਨੇ ਸੀਟਾਂ ਜਿੱਤ ਲਈਆਂ ਸੀ ਨਾ ਕੋਟਕਪੂਰਾ ਜਿੱਤਿਆ ਗਿਆ ਨਾ ਫਰੀਦਕੋਟ ਜਿੱਤਿਆ ਗਿਆ ਨਾ ਜੇਤੋ ਜਿੱਤਿਆ ਨਾ ਬਾਘਾ ਪੁਰਾਣਾ ਦੂਰ ਆਂਢ ਗੁਆਂਢ ਸਾਰੇ ਪਾਸੇ ਪੋਚਾ ਫਿਰ ਗਿਆ ਸੀ ਹੁਣ ਉਹਨੂੰ ਲਿਆ ਕੇ
ਇਹ ਕਿਹੜਾ ਝੰਡਾ ਚੜਾ ਦੇਣਗੇ ਮੈਨੂੰ ਸਮਝ ਨੀ ਲੱਗਦੀ। ਇਹ ਲਿਆਉਣ ਲੱਗੇ ਆ ਠੀਕ ਹੈ, ਚੋਣ ਲੜਨੀ ਆ, ਸਿਆਸੀ ਗੱਠਜੋੜ ਅਕਾਲੀ ਭਾਜਪਾ ਦਾ, ਹੋਰ ਇਹਨਾਂ ਕੋਲ ਹੈ ਵੀ ਕਿਹੜਾ। ਲੜਾਈ ਹਾਰਦੀ ਹੋਵੇ ਲੜਾਈ ਜਿੱਤਦੀ ਹੋਵੇ ਲੀਡਰ ਨੂੰ ਅੱਗੇ ਤਾਂ ਕਰਨਾ ਹੀ ਪਊਗਾ, ਉਹਨੂੰ ਕਰ ਰਹੇ ਨੇ, ਉਹ ਆਵੇਗਾ ਜੀ। ਅੱਜ ਤੱਕ ਪ੍ਰੈਸ ਕਾਨਫਰੰਸ ਤਾਂ ਉਹਨੇ ਕੀਤੀ ਨੀ, ਸਾਢੇ ਚਾਰ ਸਾਲ ਹੋ ਗਏ ਆ, ਤੇ ਜੇ ਉਹ ਕਰੇਗਾ ਤੇ ਉੱਥੇ ਖੜਿਆਂ ਤੋਂ ਲੋਕੀ ਇਹ ਪੁੱਛ ਲੈਣਗੇ ਕਿ ਮਹਾਰਾਜ ਜੀ ਦੀਨਾਨਗਰ ਦੇ ਥਾਣੇ ਤੇ ਜਦੋਂ ਹਮਲਾ ਹੋ ਗਿਆ ਉਹਦੇ ਤੋਂ ਬਾਅਦ ਪਾਕਿਸਤਾਨ ਜਾਣ ਦੀ ਕੀ ਲੋੜ ਸੀ, ਤੇ ਜੇ ਪਾਕਿਸਤਾਨ ਚਲੇ ਗਏ ਸੀ ਤੇ ਤਿੰਨ ਦਿਨ ਬਾਅਦ ਪਠਾਨਕੋਟ ਦੇ ਏਅਰਫੋਰਸ ਸਟੇਸ਼ਨ ਤੇ ਹਮਲਾ ਹੋ ਗਿਆ ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਨੂੰ ਇੱਥੇ ਆ ਕੇ ਜਾਂਚ ਕਰਨ ਦੀ ਆਗਿਆ ਦੇਣ ਦੀ ਕੀ ਲੋੜ ਸੀ। ਉਹ ਮੁੱਦੇ ਇੰਨੇ ਆ ਜਿਨ੍ਹਾਂ ਦਾ ਜਵਾਬ ਨਹੀਂ ਦਿੱਤਾ ਜਾਣਾ, ਪਰ ਇਹਦੇ ਗੱਲੋਂ ਮੋਦੀ ਸਾਹਿਬ ਨੂੰ ਮੌਜ ਹੈ। ਸਾਢੇ ਚਾਰ ਸਾਲਾਂ ਚ ਉਹਨਾਂ ਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ, ਜਿੱਦਣ ਕਰਨਗੇ ਆਪਣੀ ਗਿਣਤੀ ਦੇ ਚਾਰ ਪੱਤਰਕਾਰਾਂ ਨੂੰ ਪਹਿਲਾਂ ਦੱਸ ਕੇ ਕਰਨਗੇ ਕਿ ਮੈਂ ਪ੍ਰੈਸ ਕਾਨਫਰੰਸ ਕਰਨ ਲੱਗਾ, ਤੁਸੀਂ ਸਵਾਲ ਆਹ ਪੁੱਛ ਰਹੇ ਹੋ ਤੇ ਮੇਰੇ ਜਵਾਬ ਆਹ ਪੁੱਛਣਗੇ। ਇਹ ਗੱਲ ਪਿੱਛੇ ਜੇ ਉਦੋਂ ਜ਼ਾਹਰ ਹੋਈ ਸੀ ਜਦੋਂ ਇੰਗਲੈਂਡ ਚ ਗਏ, ਉਹਨਾਂ ਨੇ ਲੋਕਾਂ ਦੇ ਨਾਲ ਇੱਕ ਮੀਟਿੰਗ ਲਾਈ, ਕਹਿੰਦੇ ਜੀ ਓਪਨ ਮੀਟਿੰਗ ਹੈ, ਜਿਹੜਾ ਮਰਜ਼ੀ ਆ ਜੇ, ਲੋਕੀ ਸਵਾਲ ਪੁੱਛਣ, ਮੋਦੀ ਜੀ ਉਹਨਾਂ ਦੇ ਹਿੰਦੀ ਚ ਜਵਾਬ ਦੇਣ, ਲਾਗੇ ਬੈਠਾ ਦੁਭਾਸ਼ੀਆ ਅੰਗਰੇਜ਼ੀ ਜਵਾਬ ਦੇਵੇ। ਇੱਕ ਸਵਾਲ ਥੋੜਾ ਟੇਢਾ ਸੀ, ਉਹ ਸਵਾਲ ਪੁੱਛਣ ਵਾਲੇ ਨੇ ਪੁੱਛ ਲਿਆ, ਮੋਦੀ ਸਾਹਿਬ ਨੇ ਹਿੰਦੀ ਚ ਜਵਾਬ ਦਿੱਤਾ ਤੇ ਲਾਗੇ ਬੈਠੇ ਇੰਟਰਪ੍ਰੇਟਰ ਨੇ ਕਾਗਜ਼ ਚੁੱਕਿਆ ਤੇ ਉੱਤੇ ਜਵਾਬ ਪੜ੍ਹਤਾ ਤੇ ਸਾਰੇ ਹੈਰਾਨ ਹੋ ਗਏ ਕਿ ਸਵਾਲ ਤਾਂ ਉਹਨੇ ਹੁਣ ਪੁੱਛਿਆ, ਮੋਦੀ ਸਾਹਿਬ ਨੇ ਜਵਾਬ ਹੁਣ ਦਿੱਤਾ ਤੇ ਜਵਾਬ ਦੀ ਟ੍ਰਾਂਸਲੇਸ਼ਨ ਕੱਲ ਪਹਿਲਾਂ ਤਿਆਰ ਕਰਕੇ ਰੱਖ ਲਈ, ਤੁਹਾਨੂੰ ਕਿੱਦਾਂ ਪਤਾ ਸੀ ਆਹ ਸਵਾਲ ਪੁੱਛਿਆ ਜਾਣਾ। ਜੇ ਮੋਦੀ ਸਾਹਿਬ ਆ ਗਏ ਪਤਾ ਨਹੀਂ ਇਸ ਵਾਰੀ ਕਿਹੜਾ ਨਵਾਂ ਕ੍ਰਿਸ਼ਮਾ ਵਿਖਾਉਣਗੇ ਜੀ। ਪੰਨੂ ਸਾਹਿਬ, ਪੰਚਾਇਤੀ ਚੋਣਾਂ ਦੇ ਬਾਰੇ ਕੀ ਹੈ ਅਨਾਲਿਸਿਸ ਤੁਹਾਡੇ ਕੋਲ? ਅੱਜ ਤਾਂ ਮੇਰੇ ਖਿਆਲ ਦੇ ਵਿੱਚ ਸ਼ੁਰੂਆਤਾਂ ਹੋ ਹੀ ਗਈਆਂ ਹਰ ਪੱਖੋਂ, ਕਿਉਂਕਿ ਆਖਰੀ ਦਿਨ ਸੀਗਾ ਕਾਗਜ਼ ਭਰਨ ਤੋਂ ਬਾਅਦ ਵਾਪਸ ਲੈਣ ਦਾ। ਦੇਖੋ ਆਖਰੀ ਦਿਨ ਸੀ ਵਾਪਸ ਲੈਣ ਦਾ, ਜਿਨ੍ਹਾਂ ਲੈਣੇ ਸੀ ਲੈ ਲਏ, ਜਿਨ੍ਹਾਂ ਨਹੀਂ ਲੈ ਨਾ ਸੀ। ਪਿੰਡਾਂ ਦੇ ਵਿੱਚ ਮਾਹੌਲ ਇਸ ਵੇਲੇ ਚੋਣਾਂ ਵਾਲਾ ਬਹੁਤਾ ਨਹੀਂ, ਅੱਧੇ ਤੋਂ ਵੱਧ ਪਿੰਡ ਉਹ ਆ ਜਿਨ੍ਹਾਂ ਚ ਧੱਕੇਸ਼ਾਹੀ ਦਾ ਰੌਲਾ ਪੈਂਦਾ। ਅੱਜ ਅਕਾਲੀ ਤੇ ਭਾਜਪਾ ਵਾਲੇ ਰੌਲਾ ਪਾਉਂਦੇ ਆ, ਆਮ ਆਦਮੀ ਪਾਰਟੀ ਵਾਲੇ ਵੀ ਰੌਲਾ ਪਾਉਂਦੇ ਆ। ਪਿਛਲੀਆਂ ਦੋ ਵਾਰੀਆਂ ਚ 2008 ਵਿਚ ਵੀ ਤੇ 2013 ਵਿਚ ਵੀ ਜਦੋਂ ਪੰਚਾਇਤ ਚੋਣਾਂ ਹੋਈਆਂ ਨੇ ਉਦੋਂ ਕਾਂਗਰਸੀ ਪਿੱਟ ਦੇ ਸਨ, ਬੜੀ ਜਿਆਦਤੀ ਹੋ ਗਈ। ਜਿਹਦੀ ਸਰਕਾਰ ਹੋਵੇ ਉਹਦੇ ਉੱਤੇ ਜਿਆਦਤੀਆਂ ਦਾ ਦੋਸ਼ ਲੱਗਦਾ ਹੀ ਹੈ, ਔਰ ਜਿਆਦਤੀਆਂ ਹੁੰਦੀਆਂ ਵੀ ਨੇ, ਕੱਲਾ ਦੋਸ਼ ਨਹੀਂ ਲੱਗਦਾ, ਹੁੰਦੀਆਂ ਵੀ ਨੇ। ਜਿੰਨੇ ਦੋਸ਼ ਲੱਗਦੇ ਸਾਰੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ ਮੈਨੂੰ ਪਤਾ ਨਹੀਂ, ਪਰ ਕੁਝ ਨਾ ਕੁਝ ਹੁੰਦੀਆਂ ਨੇ। ਸਰਕਾਰ ਨੇ ਕਹਿਤਾ ਕਿ ਜਿਨ੍ਹਾਂ ਨੂੰ NOC ਨਹੀਂ ਮਿਲਿਆ, ਨੋ ਓਬਜੈਕਸ਼ਨ ਸਰਟੀਫਿਕੇਟ ਨਹੀਂ ਮਿਲਿਆ, ਕਾਂਗਰਸੀ ਲੀਡਰਾਂ ਦੇ ਦਬਾਅ ਤੇ ਅਫਸਰਾਂ ਨੇ ਦੇਣ ਤੋਂ ਨਾ ਕਰ ਦਿੱਤੀ ਆ, ਨਹੀਂ ਮਿਲਦਾ ਨਾ ਸਹੀ, ਉਹ ਜੇ NOC ਦੇ ਬਜਾਏ ਐਫੀਡੇਵਿਟ ਦੇ ਦੇਣ ਤਾਂ ਵੀ ਸਰ ਜੂਗਾ। ਉਹ ਐਫੀਡੇਵਿਟ ਬਣਾ ਕੇ ਆ ਗਏ ਬੜੇ ਖੁਸ਼ ਹੋ ਕੇ ਕਿ ਹੁਣ ਤੇ ਆਪਾਂ ਚੋਣ ਲੜ ਹੀ ਲੈਣੀ ਆ, ਪਰ ਆ ਹੀ ਗਿਆ ਅਗਲਿਆਂ ਨੇ ਗਰਾਊਂਡ ਚੋਂ ਗਾਹ ਨੀ ਵੜਨ ਦਿੱਤੇ, ਰੇੜਕਾ ਫਿਰ ਪੈ ਗਿਆ। ਥਾਂ ਥਾਂ ਤੇ ਜੋ ਕੁਛ ਹੁੰਦਾ ਪਿਆ ਇਹ ਲੋਕਤੰਤਰ ਨੀ ਗਾ, ਲੋਕ ਰਾਜ ਨੀ ਗਾ। ਅੱਗੇ ਅਸੀਂ ਸੁਣਦੇ ਹੁੰਦੇ ਸਰ ਜਿਸਕੀ ਲਾਠੀ ਉਸਕੀ ਭੈਂਸ, ਅੱਜ ਕੱਲ ਤਾਂ ਇਹ ਆ ਕਿ ਲਾਠੀ ਨੀ, ਜਿਹਦੇ ਕੋਲ ਲੱਠ ਮਾਰ ਬਹੁਤ ਆ ਉਸੇ ਦਾ ਹੀ ਗਲਬਾ। ਚੋਣਾਂ ਚੋਣਾਂ ਇੱਦਾਂ ਹੀ ਜਿੱਤੀਆਂ ਜਾ ਰਹੀਆਂ ਨੇ ਜੀ। ਸਾਹਿਬ, ਪੰਜਾਬ ਦੇ ਵਿਚ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਗੱਠਜੋੜ ਬਣੇ ਆ, ਜੋੜ ਤੋੜ ਹੋ ਰਹੇ ਆ, ਕਿਵੇਂ ਦੇਖਦੇ ਹੋ ਜੀ ਇਹਨਾਂ ਨੂੰ? ਗੱਠਜੋੜ ਵੇਖੋ ਅਜੇ ਤਾਂ ਨਿਸ਼ਚਿਤ ਸਟੇਜ ਤੇ, ਮੁੱਢਲਾ ਪੜਾ ਏਡੀ ਕੋਈ ਕਾਲੀ ਨੀ ਕਰਨੀ ਚਾਹੀਦੀ ਤੋਂ ਸਿੱਟੇ ਕੱਢਣ ਦੀ। ਇਹ ਗੱਠਜੋੜ ਬਣਨੇ ਵੀ ਆ ਟੁੱਟਣੇ ਵੀ ਆ, ਸਭ ਕੁਝ ਹੋਣਾ। ਤੁਸੀਂ ਇਹ ਦੇਖਿਓ ਕਿ ਫਰਵਰੀ ਦੇ ਪਹਿਲੇ ਹਫ਼ਤੇ ਸਰਕਾਰ ਨੇ ਇਸ ਵਾਰੀ ਬਜਟ ਤਾਂ ਪੇਸ਼ ਹੋਣਾ ਨੀ, ਵੋਟਾਂ ਨੂੰ ਅਕਾਊਂਟ ਪੇਸ਼ ਕਰਨਾ। ਜਦੋਂ ਇਹ ਪੇਸ਼ ਕਰਨਗੇ ਉਹਦੇ ਤੋਂ ਇੱਕ ਹਫ਼ਤਾ ਬਾਅਦ ਚੋਣ ਕਮਿਸ਼ਨ ਨੇ ਐਲਾਨ ਕਰਨਾ ਕਿ ਫਲਾਨੀ ਫਲਾਨੀ ਤਰੀਕ ਨੂੰ ਚੋਣਾਂ ਹੋਣਗੀਆਂ। ਉਦੋਂ ਤੱਕ ਗੱਠਜੋੜ ਬਣਦੇ ਰਹਿਣੇ ਆ, ਟੁੱਟਦੇ ਰਹਿਣੇ ਆ, ਕਈਆਂ ਗੱਲਾਂ ਤੇ ਰੇੜਕੇ ਪੈਣੇ ਆ। ਮੇਰਾ ਖਿਆਲ ਹੈ ਕਿ ਅਜੇ ਇਸ ਵੇਲੇ ਜੋ ਕੁਝ ਬਣਦਾ ਪਿਆ ਉੱਤੇ ਕੋਈ ਕਾਲੇ ਸਿੱਟੇ ਨਹੀਂ ਕੱਢਣੇ ਚਾਹੀਦੇ, ਕੋਈ ਵੀ ਨਾ ਕੱਢੇ, ਥੋੜਾ ਜਿਹਾ ਉਡੀਕ ਕਰ ਲੈਣੀ ਚਾਹੀਦੀ ਹੈ ਜੀ। ਸਾਹਿਬ, ਇੱਕ ਨਾ ਖ਼ਬਰ ਹੈ, ਸ਼ਾਇਦ ਤੁਸੀਂ ਨਜ਼ਰ ਨਹੀਂ ਮਾਰੀ ਹੋਣੀ, ਆਪਾਂ ਤਾਂ ਇਧਰ ਲੱਗੇ ਸੀ ਜਾਂ ਤੁਹਾਨੂੰ ਪਤਾ ਵੀ ਹੋਵੇ, ਦਿੱਲੀ ਦੀ ਅਸੈਂਬਲੀ ਦੇ ਵਿਚ ਅੱਜ ਇਕ ਮਤਾ ਪਾਸ ਹੋਇਆ, ਔਰ ਰਾਜੀਵ ਗਾਂਧੀ ਬਾਰੇ, ਭਾਰਤ ਰਤਨ ਰਾਜੀਵ ਗਾਂਧੀ ਬਾਰੇ, ਇਹੀ ਮੈਂ ਤੁਹਾਡੇ ਤੋਂ ਜਾਣਨਾ ਜੀ ਜੀ। ਇਹਦੇ ਨਾਲ ਇੱਕ ਗੱਲ ਕਲੀਅਰ ਹੋ ਗਈ, ਜਿਹੜਾ ਪਿਛਲੇ 6 ਮਹੀਨਿਆਂ ਤੋਂ ਰੌਲਾ ਪੈਂਦਾ ਸੀ ਕਿ ਕੇਜਰੀਵਾਲ ਤੇ ਕਾਂਗਰਸ ਚੋਣ ਗੱਠਜੋੜ ਕਰਨ ਨੂੰ ਫਿਰਦੇ ਆ,
ਜਦੋ ਕਾਂਗਰਸ ਵਾਲਿਆਂ ਦੇ ਮਰਹੂਮ ਬਾਪੂ ਦੇ ਖਿਲਾਫ ਉਹਨੇ ਆ ਫੈਸਲਾ ਕਰ ਲਿਆ ਤੇ ਇਸ ਫੈਸਲੇ ਤੋਂ ਬਾਅਦ ਕਾਂਗਰਸ ਤੇ ਕੇਜਰੀਵਾਲ ਇਕੱਠੇ ਤਾਂ ਨਹੀਂ ਚੱਲਣ ਲੱਗੇ। ਇਹ ਤਾਂ ਸਮਝ ਲੈਣਾ ਚਾਹੀਦਾ ਕਿ ਗੱਠਜੋੜ ਦੀ ਗੱਲ ਦੇ ਉੱਤੇ ਅਰਵਿੰਦ ਕੇਜਰੀਵਾਲ ਨੇ ਮਤਾ ਪਾਸ ਕਰਵਾ ਕੇ ਕਾਟਾ ਮਾਰ ਦਿੱਤਾ ਕਿ ਅਸੀਂ ਉਧਰ ਕੋਈ ਗੱਲ ਨਹੀਂ ਕਰਨੀ। ਜਿਨ੍ਹਾਂ ਦੇ ਬਾਪੂ ਤੋਂ ਕਹਿਣ ਡਿਆ ਕਿ ਪੱਗ ਵੀ ਖੋਲੋ, ਉਹ ਪਿਓ ਦੀ ਪੱਗ ਵੱਲ ਜਾਣਗੇ ਕਿਹਦੇ ਮਗਰ ਜਾਣਗੇ। ਉਹ ਹੁਣ ਇਹਦਾ ਮਤਲਬ ਸਾਫ਼ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਮਝੌਤਾ ਹੋਣ ਦਾ ਕੋਈ ਚਾਂਸ ਨਹੀਂ ਰਹਿ ਗਿਆ, ਨਾ ਸਿੱਧਾ ਨਾ ਟੇਢਾ। ਜੀ ਬਹੁਤ ਮਿਹਰਬਾਨੀ ਪੰਨੂ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਤੇ ਵੀਕਐਂਡ ਹੈ ਜੀ, ਹੁਣ ਥੋੜੀ ਜਿਹੀ ਡੋਜ਼ ਵੀ ਦੇ ਦਿਓ। ਤੁਸੀਂ ਹੁਣ ਪੰਚਾਇਤਾਂ ਦੀਆਂ ਚੋਣਾਂ ਬਾਰੇ ਪੁੱਛਿਆ ਸੀ ਜੀ, ਉਹ ਸੁਣ ਲਓ। ਕਾਗਜ਼ ਭਰਨ ਲਈ ਗਏ ਸਨ ਧੜੇ ਦੋਵੇਂ, ਕਬਜ਼ੇ ਪਿੰਡ ਦੀ ਚੌਧਰ ਦੇ ਲੈਣ ਮਿੱਤਰ, ਦਫ਼ਤਰ ਵੀਡੀਓ ਅੱਗੇ ਜਾ ਭਿੜੇ ਦੋਵੇਂ, ਡਾਂਗਾ ਸੋਟੇ ਸੀ ਲੱਗ ਪਏ ਪੈਣ ਮਿੱਤਰ, ਗੋਲੀ ਵੱਜ ਕੇ ਫੁੜਕ ਗਿਆ ਇੱਕ ਬੰਦਾ, ਟੱਬਰ ਪਾ ਰਿਹਾ ਪਿੱਛੋਂ ਸੀ ਵੈਣ ਮਿੱਤਰ, ਗਿਆ ਫਿਰਨੀ ਤੋਂ ਲੰਘ ਸੀ ਲੋਕਤੰਤਰ, ਚੰਦ ਚਾੜ ਗਈ ਮੌਤ ਸੀ ਡੈਣ ਮਿੱਤਰ। ਬਾਕੀ ਚਾਰ ਲੈਣਾ ਜੀ। ਸਾਊ ਸੱਜਣ ਨੂੰ ਆਖੋ ਵੀ ਚੋਣ ਲੜਨੀ, ਪਿੱਛੇ ਲੱਗਦਾ ਖਿੱਚਣ ਫਿਰ ਪੈਰ ਮਿੱਤਰ, ਇਹੋ ਜਿਹੀ ਪੰਚਾਇਤ ਦੀ ਚੋਣ ਕਾਹਦੀ, ਪਿੰਡੋ ਪਿੰਡੀ ਵਧਾਉਂਦੀ ਜੋ ਵੈਰ ਮਿੱਤਰ। ਜੀ ਬਹੁਤ ਮਿਹਰਬਾਨੀ ਪੰਨੂ ਸਾਹਿਬ, ਬਹੁਤ ਧੰਨਵਾਦ ਜੀ।